ਸਿੱਖ ਟੀਵੀ ਦੇ ਤਮਾਮ ਨਾਜ਼ਰੀਨ ਨੂੰ ਪਿਆਰ ਭਰਿਆ ਆਦਾਬ ਤੇ ਸਤਿ ਸ੍ਰੀ ਅਕਾਲ। ਅੱਜ ਸਾਡੇ ਨਾਲ ਉਹ ਸ਼ਖਸ ਨੇ ਜਿਹੜੇ ਬੜੇ ਹੀ ਤਵੀਲ ਡਾਇਰੈਕਟਰ, ਰਾਈਟਰ ਤੇ ਐਕਟਰ ਨੇ। ਅੱਜ ਸਾਡੇ ਨਾਲ ਉਹ ਸ਼ਖਸ ਨੇ ਜਿਹੜੇ ਫਿਲਮ ਲਾਈਨ ਤੋਂ ਇਲਾਵਾ ਬਾਕਸਿੰਗ ਤੇ ਰੈਸਲਿੰਗ ਵਿੱਚ ਵੀ ਆਪਣਾ ਲੋਹਾ ਮਨਵਾ ਚੁੱਕੇ ਨੇ। ਅੱਜ ਸਾਡੇ ਨਾਲ ਉਹ ਸ਼ਖਸ ਨੇ ਜਿਹੜੇ ਰੈਸਲਿੰਗ ਲੈਜੈਂਡ ਦਾਰਾ ਸਿੰਘ ਨਾਲ ਸਿੱਧੀ ਵਾਬਸਤਗੀ ਰੱਖਦੇ ਰਹੇ ਨੇ। ਮੈਂ ਬੜੀ ਮੁਸ਼ਰਤ ਨਾਲ ਖੈਰ ਮਕਦਮ ਕਰਦਾ ਹਾਂ ਸਾਡੇ ਸ਼ੋਅ ਦਿਲ ਦੀਆਂ ਗੱਲਾਂ ਵਿੱਚ ਸਰ ਰਤਨ ਔਲਖ ਜੀ ਦਾ। ਸਤਿ ਸ਼੍ਰੀ ਅਕਾਲ ਜੀ। ਸਰ, ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਸ਼ੋਅ ਦਿਲ ਦੀਆਂ ਗੱਲਾਂ ਵਿੱਚ। ਥੈਂਕ ਯੂ। ਸਤਿ ਸ਼੍ਰੀ ਅਕਾਲ। ਬੜਾ ਚੰਗਾ ਲੱਗਾ ਕਿ ਤੁਸੀਂ ਮੈਨੂੰ ਇਸ ਸ਼ੋਅ ਲਈ ਇਨਵਾਈਟ ਕੀਤਾ। ਥੈਂਕ ਯੂ ਵੈਰੀ ਮੱਚ। ਸਰ, ਤੁਹਾਡਾ ਜਨਮ ਅੰਮ੍ਰਿਤਸਰ ਵਿੱਚ ਹੋਇਆ, ਤੁਸੀਂ ਜਵਾਨ ਹੋਏ ਤਾਂ ਸਪੋਰਟਸ 'ਚ, ਰੈਸਲਿੰਗ 'ਚ, ਬਾਕਸਿੰਗ 'ਚ, ਅਤੇ ਫਿਰ ਤੁਸੀਂ ਇੰਡਸਟਰੀ ਵਿੱਚ ਆ ਗਏ, ਫਿਲਮ ਇੰਡਸਟਰੀ, ਤਾਂ ਇਹ ਕੁੱਲ ਸਫ਼ਰ ਕਿੱਦਾਂ ਰਿਹਾ? ਬਈ ਹਾਲੀ ਤੱਕ ਤਾਂ ਬਹੁਤ ਅੱਛਾ ਹੀ ਰਿਹਾ, ਕੋਈ ਸ਼ਿਕਾਇਤ ਨਹੀਂ ਹੈ। ਕੁਛ ਸੋਚਿਆ ਸੀਗਾ ਬਹੁਤ ਕੁਛ, ਉਹ ਚੀਜ਼ਾਂ ਸਾਰੀਆਂ ਨਹੀਂ ਮਿਲ ਸਕੀਆਂ, ਲੇਕਿਨ ਫਿਰ ਵੀ ਬਹੁਤ ਪਿਆਰ ਮਿਲਿਆ, ਬਹੁਤ ਇੱਜ਼ਤ ਮਾਨ ਮਿਲੀ, ਔਰ ਰੱਬ ਨੇ ਕਦੀ ਕਿਸੇ ਚੀਜ਼ ਦੀ ਥੋੜ ਵੀ ਨਹੀਂ ਦਿੱਤੀ। ਸੋ ਜੋ ਚੀਜ਼ਾਂ ਚਾਹੀਦੀਆਂ ਸੀ, ਜੋ ਆਦਮੀ ਦੀ ਜ਼ਰੂਰਤ ਹੁੰਦੀ ਹੈ ਇਨਸਾਨ ਦੀ, ਉਹ ਰੱਬ ਨੇ ਸਾਰੀਆਂ ਦਿੱਤੀਆਂ। ਉਹਦੇ ਇਲਾਵਾ ਇੱਕ ਪਹਿਚਾਣ ਦਿੱਤੀ, ਔਰ ਪਹਿਚਾਣ ਮੋਸਟਲੀ ਮਿਲਣੀ ਬਹੁਤ ਮੁਸ਼ਕਿਲ ਹੁੰਦੀ ਹੈ। ਇੰਡਸਟਰੀ 'ਚ ਕੰਮ ਕਰਦੇ ਨੇ, ਕਈ ਚਲੇ ਜਾਂਦੇ ਨੇ। ਮੈਂ ਤਾਂ ਇੰਨਾ ਜ਼ਿਆਦਾ ਕੰਮ ਨਹੀਂ ਕੀਤਾ ਜਿਹੜਾ ਮੇਰੇ ਸਾਥੀਆਂ ਨੇ ਮੇਰੇ ਨਾਲੋਂ ਕਈ ਗੁਣਾ ਜ਼ਿਆਦਾ ਕੀਤਾ, ਪਰ ਉਹ ਪਤਾ ਨਹੀਂ ਲੱਗਦਾ ਕਿ ਕਦੋਂ ਕਿੱਧਰ ਚਲੇ ਗਏ। ਸੋ ਲੇਕਿਨ ਉਹ ਗੱਲ ਮੇਰੇ 'ਤੇ ਰੱਬ ਨੇ ਨਹੀਂ ਲਿਆਂਦੀ। ਜਦੋਂ ਵੀ ਮੈਂ ਆਇਆ ਕਦੀ ਲੋਕਾਂ ਨੇ ਪਿਆਰ ਦਿੱਤਾ। 70s 'ਚ ਮੈਂ ਕਾਲਜ ਦੇ ਟਾਈਮ ਤੋਂ ਸ਼ੁਰੂ ਕੀਤਾ ਸੀਗਾ, ਔਰ ਹੁਣ ਅੱਜ ਵੀ ਮੈਂ ਫਿਲਮਾਂ ਕਰ ਰਿਹਾ, ਅੱਜ ਵੀ ਮੈਂ ਸ਼ੋਅਜ਼ ਔਰਗਨਾਈਜ਼ ਕਰਦਾ, ਅੱਜ ਵੀ ਸਭ ਕੁਛ ਕਰਦਾ। ਸੋ ਬੜੀ ਮਿਹਰ ਆ ਦਾਦੇ ਦੀਆਂ। ਸਰ, ਜੇ ਸਫ਼ਰ ਦੀ ਗੱਲ ਕਰੀਏ ਤਾਂ ਕਿਸੇ ਵੀ ਐਕਟਰ ਦੀ ਲਾਈਫ 'ਚ ਫਸਟ ਬ੍ਰੇਕ ਬੜਾ ਇੰਪੋਰਟੈਂਟ ਹੁੰਦਾ, ਤੁਹਾਨੂੰ ਤੁਹਾਡਾ ਫਸਟ ਬ੍ਰੇਕ ਕਦੋਂ ਮਿਲਿਆ? ਹੁਣ ਮੈਂ ਇਹ ਨਹੀਂ ਕਹਿ ਸਕਦਾ ਕਿ ਤੁਸੀਂ ਉਹਨੂੰ ਬ੍ਰੇਕ ਕਹੋਗੇ ਕਿ ਕੀ ਆ, ਪਰ ਮੇਰਾ ਬ੍ਰੇਕ ਤਾਂ ਐਕਸੀਡੈਂਟਲੀ ਹੋਇਆ, ਔਰ ਉਸ ਐਕਸੀਡੈਂਟ ਨੇ ਹੀ ਮੇਰੇ ਅੰਦਰ ਉਹ ਇੱਕ ਵਲਵਲਾ ਪੈਦਾ ਕੀਤਾ ਕਿ ਨਹੀਂ ਯਾਰ, ਐਕਟਰ ਬਣਨਾ ਚਾਹੀਦਾ। ਮੈਂ ਆਪਣੇ 11ਵੀਂ ਦੀਆਂ ਛੁੱਟੀਆਂ ਤੋਂ ਬਾਅਦ ਗਿਆ ਸੀਗਾ, ਕਿਉਂਕਿ ਹਾਇਰ ਸੈਕੰਡਰੀ ਕੀਤੀ, ਅਤੇ ਉਸ ਤੋਂ ਬਾਅਦ 2-2.5 ਮਹੀਨੇ ਦੀ ਛੁੱਟੀ ਹੁੰਦੀ ਕਾਲਜ ਜਾਣ ਕਰਨ ਤੋਂ ਪਹਿਲਾਂ। ਅਤੇ ਮੈਂ ਬੋਂਬੇ ਗਿਆ, ਅਤੇ ਬੋਂਬੇ ਇੱਕ ਫਿਲਮ ਦੇ ਵਿੱਚ ਮੈਨੂੰ ਦਾਰਾ ਭਾਅ ਜੀ ਦੀ ਇੱਕ ਫਿਲਮ ਸੀਗੀ, ਮੇਰਾ ਦੇਸ਼ ਮੇਰਾ ਧਰਮ, ਉਹਦੇ 'ਚ 2 ਸੀਨ ਮਿਲੇ। ਲੇਕਿਨ ਉਹ ਫਿਲਮ 2 ਸਾਲ ਗੌਰਮੈਂਟ ਦੇ ਕੁਛ ਆਪਣੇ ਸਮਝੌਤਿਆਂ ਕਰਕੇ ਬੈਨ ਰਹੀ, ਔਰ ਜਦੋਂ ਅੰਮ੍ਰਿਤਸਰ ਰਿਲੀਜ਼ ਹੋਈ ਮੈਂ ਉਦੋਂ ਸੈਕਿੰਡ ਈਅਰ 'ਚ ਸੀਗਾ, ਔਰ ਮੈਂ ਭੁੱਲ ਵੀ ਚੁੱਕਾ ਸੀਗਾ ਕਿ ਮੈਂ ਕੋਈ ਫਿਲਮ ਕੀਤੀ ਹੈ ਜਿਹੜੀ ਆਉਣੀ ਹੈ। ਅਸੀਂ ਗਾਂਧੀ ਗਰਾਊਂਡ ਅੰਮ੍ਰਿਤਸਰ ਤੋਂ ਹਾਕੀ ਖੇਡ ਕੇ ਆ ਚੁੱਕੇ ਆ ਰਹੇ ਸੀਗੇ, ਅਤੇ ਕੁਛ ਮੁੰਡੇ ਕੁੜੀਆਂ ਨੇ ਦੇਖਿਆ, ਪਛਾਣ ਲਿਆ, ਔਰ ਉਹਨਾਂ ਮੈਨੂੰ ਪੁੱਛਿਆ ਕਿ ਤੁਸੀਂ ਫਿਲਮ 'ਚ ਕੰਮ ਕੀਤਾ। ਮੈਂ 1 ਸੈਕਿੰਡ 'ਤੇ ਸੋਚਿਆ, ਫਿਰ ਮੈਂ ਕਿਹਾ ਕਿਹੜੀ ਫਿਲਮ, ਕਿਉਂਕਿ ਮੈਨੂੰ ਪਤਾ ਤਾਂ ਸੀਗਾ ਮੈਂ ਫਿਲਮ 'ਚ ਕੀਤਾ ਸੀਗਾ। ਅਤੇ ਉਹ ਕਹਿੰਦੇ ਜੀ ਤੁਹਾਡੀ ਫਿਲਮ ਲੱਗੀ ਆ, ਦੈਟ ਵਾਜ਼ ਦਾ ਫਰਾਈਡੇ ਫਰਾਈਡੇ, ਔਰ ਉੱਦਣ ਹੀ ਉਹ ਫਿਲਮ ਲੱਗੀ ਸੀ, ਔਰ ਉਹ ਪਹਿਲਾ ਸ਼ੋਅ ਦੇਖ ਕੇ ਆਏ। ਮੇਰੇ ਦੋਸਤ ਕਹਿੰਦੇ ਆਪਾਂ ਵੀ ਤੇਰੀ ਫਿਲਮ ਦੇਖ ਕੇ ਹੀ ਕਰ ਜਾਣਾ। ਸਾਡਾ 4-5 ਲੜਕਿਆਂ ਦਾ ਗਰੁੱਪ ਸੀਗਾ, ਉੱਦਾਂ ਹੀ ਨਿੱਕਰਾਂ 'ਚ ਅਸੀਂ ਗਏ, ਲੇਕਿਨ ਇਟ ਵਾਜ਼ ਵੰਡਰਫੁੱਲ। ਆਦਰਸ਼ ਟੋਕੀ ਜਿਹੜੇ ਹੁਣ ਅੱਜ PVR ਚਲਾਉਂਦੇ ਨੇ ਸਿਨੇਮਾ, ਇਹਨਾਂ ਦੇ ਸਿਨੇਮੇ 'ਚ ਗਏ, ਉਹ ਗੇਟਮੈਨ ਨੇ ਪਹਿਚਾਣ ਲਿਆ, ਉਹ ਸਾਨੂੰ ਅੰਦਰ ਲੈ ਗਏ, ਉਹ ਮੈਨੇਜਰ ਸਾਹਿਬ ਨੇ ਸਾਨੂੰ ਫ੍ਰੀ ਦੀ ਫਿਲਮ ਦਿਖਾ ਦਿੱਤੀ, ਕੋਕਸ ਪਿਲਾਇਆ, ਸਾਰਾ ਕੁਝ। ਕਹਿੰਦੇ ਉਹ ਸਾਡੇ ਸ਼ਹਿਰ ਦਾ ਮੁੰਡਾ ਐਕਟਰ ਬਣਿਆ, ਇਹਨੂੰ ਦਿਓ। ਅਤੇ ਮੈਂ ਲੱਗਾ ਕਿ ਯਾਰ ਇਹ ਤਾਂ ਬੜੀ ਕਮਾਲ ਦੀ ਚੀਜ਼ ਆ, 2 ਸਾਲ ਪਹਿਲਾਂ ਕੰਮ ਕੀਤਾ ਸੀਗਾ, ਇੰਨੇ ਅੱਛਾ ਗੇਮ ਖੇਡਦੇ ਹਾਂ, ਰੋਜ਼ ਕੁੱਟ ਖਾਂਦੇ ਹਾਂ, ਗੇਮ ਦੇ ਵਿੱਚ ਪ੍ਰੈਕਟਿਸ ਕਰਦੇ ਹਾਂ, ਕੋਈ ਬੰਦਾ ਨਹੀਂ ਪਛਾਣਦਾ ਕਲਾਸ ਰੂਮਸ ਤੋਂ ਇਲਾਵਾ, ਔਰ ਇਹ ਤਾਂ 2 ਸੀਨ ਕੀਤੇ ਸੀਗੇ, 2 ਕਰ ਲਏ, ਅਤੇ ਅੱਜ ਇੰਨੇ ਲੋਕ ਪਹਿਚਾਨਣ ਲੱਗ ਪਏ ਗਏ। ਮੈਂ ਕਿਹਾ ਇਹ ਤਾਂ ਬੜਾ ਅੱਛਾ, ਅਗਰ ਜਦੋਂ ਪੜ੍ਹਾਈ ਖਤਮ ਕਰ ਲਈ ਤਾਂ ਬਣਨਾ ਐਕਟਰ ਹੀ ਆ, ਬਣਨਾ ਐਕਟਰ ਹੀ ਆ, ਬਸ ਉਹ ਦਿਨ ਸੀਗਾ ਜਿਸ ਦਿਨ ਮੈਂ ਪਹਿਲੀ ਵਾਰੀ ਸੋਚਿਆ। ਸਰ, ਤੁਸੀਂ ਐਕਟਿੰਗ ਨੂੰ ਫੌਜ ਤੋਂ ਮੁਸ਼ਕਿਲ ਕੰਮ ਕਹਿੰਦੇ ਹੋ ਅਕਸਰ, ਇਸ ਦਾ ਪਿੱਛੇ ਕੀ ਕਾਰਨ ਹੈ? ਫੌਜ 'ਚ ਜਾਣ ਦੇ ਲਈ ਤੁਹਾਡੇ ਕੋਲ 2 ਚੀਜ਼ਾਂ ਹੀ ਚਾਹੀਦੀਆਂ, ਤੀਜੀ ਚੀਜ਼ ਤੁਹਾਡੇ ਅੰਦਰ ਨਹੀਂ ਹੋਣੀ ਚਾਹੀਦੀ। ਕਿਹੜੀ? ਇੱਕ ਜਿੱਤ, ਹਾਂਜੀ, ਇੱਕ ਹੌਸਲਾ। ਜਿੱਤ ਤੇ ਹੌਸਲਾ, ਜਿੱਤ ਤੇ ਹੌਸਲਾ, ਕਿਉਂਕਿ ਹਾਰ ਲਫ਼ਜ਼ ਫੌਜੀ ਦੇ ਦਿਲ 'ਚ ਨਹੀਂ ਆਉਂਦਾ, ਪਰ ਜਦੋਂ ਤੁਸੀਂ ਫਿਲਮ ਲਾਈਨ 'ਚ ਜਾਂਦੇ ਜੇ ਤੇ ਤੁਹਾਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਹੌਸਲਾ ਹੈ ਮੇਰੇ 'ਚ,
ਕਿਉਂਕਿ ਬੜਾ ਔਖਾ ਕੰਮ ਹੁੰਦਾ ਹੈ ਕਿ ਤੁਸੀਂ ਲੱਖਾਂ ਦੀ ਭੀੜ 'ਚ ਜਾਂਦੇ ਜੇ ਜਦੋਂ ਤੁਹਾਨੂੰ ਪਤਾ ਕਿ 1 ਲੱਖ 'ਚੋਂ ਸ਼ਾਇਦ 1 ਸਟਰਗਲਰ ਨੂੰ ਕੰਮ ਮਿਲਣਾ। ਹਾਂਜੀ। ਸੋ ਫੇਲਿਅਰ ਦੇ ਚਾਂਸ ਤੁਹਾਡੇ 99,999 ਨੇ। 99,999 ਨੇ ਤੇ 1 ਲੱਖ 'ਚੋਂ 1 ਬੰਦੇ ਨੂੰ ਕੰਮ ਮਿਲਦਾ ਮੇਰੇ ਕਿ ਜਿੰਨਾ ਸਟਾਰ ਨਹੀਂ। ਕਿਸੇ ਨੇ ਸ਼ਾਹਰੁਖ ਬਣਨਾ ਹੋਵੇ, ਕਿਸੇ ਨੇ ਧਰਮਿੰਦਰ ਬਣਿਆ, ਕਿਸੇ ਨੇ ਉਹ ਤਾਂ ਇਸ ਤੋਂ ਵੀ ਬਹੁਤ ਵੱਡੀ ਰੇਸ਼ੋ ਆ, ਲੇਕਿਨ ਸਰਵਾਈਵ। ਔਰ ਇਸ ਲਈ ਤੁਹਾਨੂੰ ਫੇਲਿਅਰ ਲਈ ਵੀ ਤਿਆਰ ਰਹਿਣਾ ਪੈਂਦਾ। ਪਰ ਫੌਜੀ ਦੇ ਹੌਸਲੇ 'ਚ ਫੇਲਿਅਰ ਨਹੀਂ ਹੁੰਦੀ, ਫੌਜੀ ਤਾਂ ਹੁੰਦੀ ਆ ਕਿ ਮੈਂ ਅੱਗੇ ਜਾਣਾ, ਜੋ ਹੋਊਗਾ ਵੇਖੀ ਜਾਊਗੀ। ਅਸੀਂ ਜੋ ਹੋਊਗਾ ਵੇਖੀ ਜਾਏਗੀ ਜ਼ਰੂਰ ਹੁੰਦਾ, ਲੇਕਿਨ ਸਾਨੂੰ ਬਾਰ ਬਾਰ ਕਈ ਵਾਰੀ ਹਾਰ ਤੋਂ ਬਾਅਦ ਫਿਰ, ਹਾਰ ਤੋਂ ਬਾਅਦ ਫਿਰ ਜਾਣਾ। ਸੋ ਕਈ ਵਾਰੀ ਜਿਹਨੂੰ ਹੁੰਦਾ ਨਾ ਕਿ ਫੌਜੀ ਲੜ ਰਿਹਾ ਤਾਂ ਉਹਨੂੰ ਪਤਾ ਕਿ ਜੇ ਮੈਂ ਗੋਲੀ ਮਾਰੀ ਹੈ ਤਾਂ ਸਾਹਮਣੇ 'ਤੇ ਵੀ ਵੱਜੂਗੀ, ਜੇ ਉਹਦੀ ਆਈ ਤਾਂ ਜਿਹੜਾ ਮੇਰੇ ਅੰਦਰ ਡਰਿਆ ਉਹ ਉਹਦੇ ਸਾਹਮਣੇ ਵਾਲੇ ਦੇ ਅੰਦਰ ਵੀ ਡਰਿਆ। ਪਰ ਜਦੋਂ ਅਸੀਂ ਐਕਟਿੰਗ ਦੇ ਲਈ ਜਾਂਦੇ ਹਾਂ, ਜਿਹੜਾ ਪ੍ਰੋਡਿਊਸਰ ਹੁੰਦਾ ਉਹਦੇ ਅੰਦਰ ਡਰ ਨਹੀਂ ਹੁੰਦਾ, ਉਹਨੂੰ ਲੱਗਦਾ ਕਿ ਬਾਹਰ ਬੈਠੇ ਆ ਭੀੜ, ਮੈਨੂੰ ਤਾਂ ਲੋੜ ਨਹੀਂ ਆ ਇਹਨਾਂ ਦੀ। ਸੋ ਹਾਰਨ ਦੇ ਚਾਂਸਿਸ ਨੇ ਜਿਹੜੇ, ਉਹ ਤੁਹਾਨੂੰ ਬਹੁਤ ਹੌਸਲਾ ਚਾਹੀਦਾ। ਸਰ ਤੁਸੀਂ ਕਾਫੀ ਸਟਰਗਲ ਕੀਤਾ ਤੇ ਕਾਫੀ ਬਿਹਤਰੀਨ ਫਿਲਮਾਂ 'ਚ ਕੰਮ ਕੀਤਾ, ਜਿਨ੍ਹਾਂ ਵਿੱਚੋਂ ਕੁਝ ਨੇ ਜੱਟ ਜੇਮਸ ਬੌਂਡ, ਮੇਰਾ ਦੇਸ਼ ਮੇਰਾ ਧਰਮ, ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਸਰਦਾਰੀ, ਸਰਪੰਚ, ਪਗੜੀ ਸੰਭਾਲ ਜੱਟਾ। ਤੁਸੀਂ ਕਈ ਸੀਰੀਅਲਸ 'ਚ ਵੀ ਬਹੁਤ ਅੱਛਾ ਕੰਮ ਕੀਤਾ, ਮੈਂ ਦਿੱਲੀ ਹੂੰ, ਵਿਸ਼ਨੂੰ ਪੁਰਾਣ, ਰਾਜਾ ਹਰੀਸ਼ਚੰਦਰ। ਸਰ ਇੰਨੀਆਂ ਫਿਲਮਾਂ ਕਰਨ ਦੇ ਬਾਅਦ ਚੋਂ ਕੋਈ ਇੱਕ ਫਿਲਮ ਜਾਂ ਇੱਕ ਸੀਰੀਅਲ ਜਿਹੜਾ ਤੁਹਾਡਾ ਪਰਸਨਲੀ ਫੇਵਰੇਟ ਹੋਵੇ? ਕੁਛ ਬਹੁਤ ਅੱਛੇ ਰੋਲ ਕੀਤੇ ਨੇ ਮੈਂ, ਬਹੁਤ ਹੀ ਪਿਆਰੇ ਰੋਲ ਕੀਤੇ ਨੇ, ਲੇਕਿਨ ਅੱਜ ਵੀ ਜਿਹੜੀ ਦਿਲ ਦੇ ਲਾਗੇ ਆ ਮੇਰੀ ਫਿਲਮ, ਉਹ ਮੇਰੀ ਪਹਿਲੀਆਂ 2 ਫਿਲਮਾਂ ਨੇ ਜਿਹੜੀਆਂ ਜਿਨ੍ਹਾਂ ਨੇ ਮੈਨੂੰ ਪਬਲਿਕ 'ਚ ਰੈਕੋਗਨੀਸ਼ਨ ਦਿੱਤੀ। ਔਰ ਉਹ ਪਹਿਲੀ ਫਿਲਮ ਸੀ ਸਰਪੰਚ ਔਰ ਮਾਮਲਾ ਗੜਬੜ ਹੈ। ਸਰਪੰਚ 7 ਜਗ੍ਹਾ ਦੇ, 7-8 ਜਗ੍ਹਾ 'ਤੇ ਸਿਲਵਰ ਜੁਬਲੀ ਹੋਈ, ਲੇਕਿਨ ਮਾਮਲਾ ਗੜਬੜ ਉਸ ਤੋਂ ਵੀ ਵੱਡੀ ਹਿੱਟ ਸੀ। ਔਰ ਮਾਮਲਾ ਗੜਬੜ 'ਚ ਮੈਂ ਮੇਨ ਵਿਲਨ ਸੀ, ਫਾਈਟ ਮਾਸਟਰ ਸੀ, ਡਾਂਸ ਮਾਸਟਰ ਸੀ, ਅਸੀਂ ਗਾਣੇ ਵੀ ਖੁਦ ਕਰਦੇ ਸੀਗੇ ਕਿਉਂਕਿ ਇੱਕ ਲਿਮਿਟਿਡ ਬਜਟ 'ਚ ਬਣੀ ਫਿਲਮ ਸੀ। ਸੋ ਹਰ ਬੰਦੇ ਦੀ ਐਕਟਿੰਗ ਦੇ ਇਲਾਵਾ ਵੀ ਕੋਈ ਨਾ ਕੋਈ ਮਤਲਬ ਕਿ ਉਹਦੇ ਵਿੱਚ ਆਪਣੀ ਯੋਗਦਾਨ ਅਲੱਗ ਵੀ ਸੀਗਾ ਸਾਡੇ। ਅਤੇ ਮਾਮਲਾ ਗੜਬੜ ਜਦੋਂ ਰਿਲੀਜ਼ ਹੋਈ ਤਾਂ ਪਹਿਲੀ ਵਾਰੀ ਮੈਨੂੰ ਪਤਾ ਲੱਗਾ ਕਿ ਆਮ ਆਦਮੀ ਅਤੇ ਸਟਾਰ 'ਚ ਕੀ ਫਰਕ ਹੁੰਦਾ, ਕਿਉਂਕਿ ਮੈਂ ਚੰਡੀਗੜ੍ਹ ਦੀਆਂ ਸੜਕਾਂ 'ਤੇ ਜਦੋਂ ਜਾਂਦਾ ਸੀਗਾ ਤਾਂ ਦੇਰ ਵਾਜ਼ ਨੋਟ ਏ ਸਿੰਗਲ ਪਰਸਨ, ਇੱਕ ਵੀ ਬੰਦ, ਕਿਉਂਕਿ ਹਰ ਇੱਕ ਨੇ ਦੇਖੀ ਸੀ, ਐਡੀ ਵੱਡੀ ਹਿੱਟ ਸੀ, ਜਿਹੜਾ ਮੈਨੂੰ ਬਾਈ ਨੇਮ ਨਹੀਂ ਸੀ ਪਹਿਚਾਣਦਾ, ਲੇਕਿਨ ਉਹ ਮੈਨੂੰ ਕਹਿੰਦੇ ਮਿੱਕੀ ਸੀ ਬਿਕੋਜ਼ ਜਿਹੜਾ ਮੇਰਾ ਫਿਲਮ 'ਚ ਨਾਮ ਸੀਗਾ। ਔਰ ਅੱਜ ਵੀ ਜਿਹੜੇ ਮੇਰੇ ਉਮਰ ਦੇ ਜਾਂ ਉਸ ਟਾਈਮ ਦੇ ਲੋਕ ਨੇ, ਉਹ ਮੈਨੂੰ ਹਾਲੇ ਵੀ ਕਹਿ ਦਿੰਦੇ ਮਿੱਕੀ ਭਾਅ ਜੀ ਕੀ ਹਾਲ ਆ, ਆਈ ਜਸਟ ਫੀਲ ਗੁੱਡ, ਦੈਟਸ ਆਲ। ਸਰ ਤੁਸੀਂ ਮਿੱਕੀ ਦਾ ਇੱਕ ਵਿਲੇਨੀਅਸ ਰੋਲ ਕੀਤਾ ਜਿਹੜਾ ਕਾਫੀ ਹਿੱਟ ਹੋਇਆ, ਕਾਫੀ ਪਸੰਦ ਆਇਆ ਸਾਡੀ ਆਡੀਅੰਸ ਨੂੰ। ਸਰ ਕਦੇ ਵੀ ਕੋਈ ਜਦੋਂ ਕਰੈਕਟਰ ਬਣਾਉਂਦੇ ਹੋ ਤਾਂ ਕਿਵੇਂ ਵਰਕ ਕਰਦੇ ਹੋ ਉਹਦੇ ਉੱਤੇ? ਨਹੀਂ, ਕਰੈਕਟਰ ਬਣਾਉਣ ਦਾ ਤਾਂ ਮੈਂ ਪੂਰੇ ਦਾ ਪੂਰਾ ਯੋਗਦਾਨ ਹੈ ਜਿਹੜਾ ਉਹ ਇੱਕ ਰਾਈਟਰ ਅਤੇ ਡਾਇਰੈਕਟਰ ਦੇ ਕੋਲ ਹੁੰਦਾ, ਕਿਉਂਕਿ ਰਾਈਟਰ ਹੈ ਜਿਹੜਾ ਉਹ ਕਰੈਕਟਰ ਨੂੰ ਕੰਸੀਵ ਕਰਦਾ, ਲੇਕਿਨ ਸ਼ੇਪ ਉਹਨੂੰ ਉਹ ਡਾਇਰੈਕਟਰ ਦਿੰਦਾ। ਔਰ ਉਹਦੇ ਵਿੱਚ ਜਿਹੜੀ ਕਹਿੰਦੇ ਨਾ ਕਿ ਜਾਨ ਅਸੀਂ ਐਕਟਰ ਭਰਦੇ ਹਾਂ, ਸੋ ਜਾਨ ਐਕਟਰ ਜਦੋਂ ਭਰਦੇ ਤਾਂ ਉਹਦੇ 'ਚ ਇਹ ਹੁੰਦਾ ਕਿ ਤੁਹਾਨੂੰ ਉਸ ਐਕਟਰ ਦੀ ਫੀਲਿੰਗ ਲੈ ਕੇ ਆਉਣਾ ਪੈਂਦਾ। ਜਦੋਂ ਮੈਂ ਮਾਮਲਾ ਗੜਬੜਾ ਕੀਤੀ ਆ, ਮੈਨੂੰ ਬਹੁਤ ਜ਼ਿਆਦਾ ਮਿਹਨਤ ਨਹੀਂ ਕਰਨੀ ਪਈ ਕਿਉਂਕਿ ਮੈਂ ਹਾਲੀ ਨਵਾਂ ਕਾਲਜ 'ਚੋਂ ਨਿਕਲਿਆ ਸੀਗਾ ਅਤੇ ਉਹ ਕਾਲਜ ਸਟੂਡੈਂਟ ਦਾ ਹੀ ਰੋਲ ਸੀਗਾ ਔਰ ਆਲਮੋਸਟ ਉਹ ਮੇਰੇ ਵਰਗਾ ਹੀ ਰੋਲ ਸੀਗਾ, ਲੇਕਿਨ ਉਸ ਤਰ੍ਹਾਂ ਦਾ ਲੱਗਣਾ, ਉਹ ਬਿਹੇਵ ਕਰਨਾ, ਅਗਰ ਤੁਸੀਂ ਅੱਜ ਮਾਮਲਾ ਗੜਬੜ ਹੈ ਦੇਖੋਗੇ ਤਾਂ ਮੈਂ ਅੱਜ ਵੀ ਬੜੇ ਚੈਲੰਜ ਦੇ ਨਾਲ ਕਹਿ ਸਕਦਾ ਕਿ ਤੁਹਾਨੂੰ ਇੰਨਾ ਕੂਲ ਪਿਆਰਾ ਜਿਹਾ ਵਿਲਨ ਨਹੀਂ ਮਿਲੂਗਾ ਕਿ ਜਿਹਨੂੰ ਲੋਕ ਰੋਮਾਂਟਿਕ ਵਿਲਨ ਕਹਿੰਦੇ ਸੀ। ਹਾਂਜੀ, ਕਿਉਂਕਿ ਮੈਂ ਕਾਲਜ ਦੇ ਵਿੱਚ ਕਿਸੇ ਨੂੰ ਐਵੇਂ ਰੌਲਾ ਪਾਉਂਦੇ ਅਨਸੈਸਰੀ ਬੜਕਾ ਮਾਰਦੇ ਨਹੀਂ ਸੁਣਿਆ, ਹਾਲਾਂਕਿ ਮੈਂ ਉੱਦਾਂ ਦਾ ਰੋਲ ਕੀਤਾ ਟਰੱਕ ਡਰਾਈਵਰ 'ਚ। ਜਦੋਂ ਮੈਂ ਟਰੱਕ ਡਰਾਈਵਰ ਦਾ ਰੋਲ ਕੀਤਾ ਤਾਂ ਉਹਦੇ ਲਈ ਮੈਨੂੰ ਮਿਹਨਤ ਜ਼ਿਆਦਾ ਕਰਨੀ ਪਈ ਬਿਕੋਜ਼ ਉਹ ਮੇਰੇ ਨਾਲ ਜੁੜਦਾ ਹੀ ਨਹੀਂ ਸੀਗਾ, ਮੈਂ ਲਾਈਫ 'ਚ ਉਹ ਕਰੈਕਟਰ ਹੀ ਨਹੀਂ ਸੀ ਦੇਖੇ। ਮੈਂ ਇੰਨਾ ਕਰੂਅਲ ਵਿਲਨ ਸੀਗਾ ਕਿ ਬੰਦਾ ਵੇਖਣਾ ਪਹਿਲਾਂ ਅਤੇ ਮਾਰ, ਮਤਲਬ ਵੇਖਣਾ ਬਾਅਦ 'ਚ ਮਾਰ ਪਹਿਲਾਂ ਲੈਣਾ, ਇਹਦੀ ਤਿਆਰੀ ਕਰ ਲਓ। ਔਰ ਉਸਦੇ ਬਾਅਦ ਵੀ ਉਹ ਕਰੈਕਟਰ ਜਿਹੜਾ ਸੀਗਾ ਉਹ ਹੀਰੋਇਨ ਨੂੰ ਪਿਆਰ ਕਰਦਾ ਸੀ, ਹੀਰੋਇਨ ਨੂੰ ਪਿਆਰ ਕਰਦਾ ਸੀ। ਇਹ ਇੱਕ ਬੜਾ ਅਜੀਬ ਜਿਹਾ, ਉਹ ਰਵਿੰਦਰ ਰਵੀ ਉਹਦਾ ਡਾਇਰੈਕਟਰ ਸੀਗਾ, ਉਹਨੇ ਇਹ ਬੜਾ ਇੱਕ
ਅਲੱਗ ਕੀਤੀ ਸੀ ਗੱਲ, ਅਸੀਂ ਉਹਨਾਂ ਨਾਲ ਡਿਸਕਸ ਕੀਤਾ ਤੇ ਉਹ ਮੰਨ ਗਿਆ ਇਸ ਗੱਲ ਨੂੰ ਕਿ ਉਹ ਹਰ ਬੰਦੇ ਨੂੰ ਮਾਰਨ ਲਈ ਤਿਆਰ ਆ, ਹਰ ਜਗ੍ਹਾ ਤੇ ਲੜਨ ਲਈ ਤਿਆਰ ਆ, ਲੇਕਿਨ ਹੀਰੋਇਨ ਨੂੰ ਕਹਿੰਦਾ ਕਿ ਤੈਨੂੰ ਤੇ ਮੈਂ ਵਿਆਹ ਕੇ ਲੈ ਕੇ ਜਾਊਂਗਾ, ਹੀਰੋ ਵੀ ਮਾਰ ਦੂੰਗਾ ਤੇਰਾ, ਲੇਕਿਨ ਤੈਨੂੰ ਹੱਥ ਨਹੀਂ ਲਾਊਂਗਾ, ਤੈਨੂੰ ਮੈਂ ਵਿਆਹ ਕੇ ਲੈ ਕੇ ਜਾਊਂਗਾ। ਉਹ ਵੀ ਬੜਾ ਇੱਕ ਅਲੱਗ ਕਰੈਕਟਰ ਸੀਗਾ, ਆਈ ਇੰਜੋਇਡ ਦੈਟ ਕਰੈਕਟਰ। ਸਰ ਇਹ ਰਿਹਾ ਤੁਹਾਡਾ ਸਫ਼ਰ ਫਿਲਮ ਇੰਡਸਟਰੀ ਦਾ, ਫਿਲਮ ਲਾਈਨ ਦਾ, ਇੱਕ ਕਾਫ਼ੀ ਇੰਪੋਰਟੈਂਟ ਘਟਨਾ ਜਿਹੜੀ ਤੁਹਾਡੀ ਲਾਈਫ 'ਚ ਹੋਈ ਜਦੋਂ ਤੁਸੀਂ ਹਾਕੀ ਅਤੇ ਫੁੱਟਬਾਲ ਛੱਡ ਕੇ ਬੋਕਸਿੰਗ 'ਚ ਆਏ, ਉਹਦੇ ਬਾਰੇ ਸਾਡੇ ਨਾਜ਼ਰੀਨ ਨੂੰ ਜ਼ਰੂਰ ਦੱਸੋ ਉਸ ਕਹਾਣੀ ਬਾਰੇ। ਉਹ ਤਾਂ ਬੜੀ ਅਜੀਬ ਜਿਹੀ ਕਹਾਣੀ ਆ, ਕਿਉਂਕਿ ਅਗਰ ਮੈਂ ਸ਼ਾਇਦ ਹਾਕੀ ਖੇਡਦਾ ਰਹਿੰਦਾ ਤਾਂ ਮੈਂ ਜ਼ਿਆਦਾ ਵੱਡਾ ਪਲੇਅਰ ਬਣ ਸਕਦਾ ਸੀਗਾ, ਕਿਉਂਕਿ ਅੱਛੇ ਸੀਗੇ, ਲੇਕਿਨ ਹਾਕੀ ਅਤੇ ਫੁੱਟਬਾਲ ਕਾਲਜ ਦੇ ਵਿੱਚ ਥੋੜ੍ਹਾ ਥੋੜ੍ਹਾ ਸਕੂਲ ਦੇ ਵਿੱਚ ਜ਼ਿਆਦਾ ਖੇਡੇ ਸੀਗੇ, ਅਤੇ ਕਾਲਜ ਦੇ ਵਿੱਚ ਅਸੀਂ ਵੈਸੇ ਹੀ ਟੀਮ 'ਚ ਹਾਲੀ ਸਾਡੀ ਜਗ੍ਹਾ ਨਹੀਂ ਸੀ ਬਣੀ, ਨਵੇਂ ਨਵੇਂ ਗਏ ਸੀਗੇ, ਅਤੇ ਅਸੀਂ ਕਿਹਾ ਕਿ ਹੁਣ ਸਿਰਫ ਫੁੱਟਬਾਲ ਖੇਡਣਾ, ਅਤੇ ਖਾਲਸਾ ਕਾਲਜ 'ਚ ਪੜ੍ਹਦੇ ਸੀਗੇ, ਖਾਲਸਾ ਕਾਲਜ ਦੀ ਗਰਾਊਂਡ 'ਚ ਫੁੱਟਬਾਲ ਖੇਡ ਰਹੇ ਸੀਗੇ, ਅਤੇ ਦੋ ਚਾਰ ਐਵੇਂ ਫੁਕਰੇ ਜਿਹੇ ਟਾਈਪ ਦੇ ਮੁੰਡੇ ਸੀਗੇ, ਦੇ ਵਾਰ ਡਿਸਟਰਬਿੰਗ, ਅਤੇ ਮੈਂ ਬਹੁਤ ਪਤਲਾ ਹੁੰਦਾ ਸੀ, 57 ਕਿਲੋ ਮੇਰਾ ਵੇਟ ਸੀਗਾ, ਮੈਂ 57 ਕਿਲੋ 'ਚ ਕਾਲਜ ਜੁਆਇਨ ਕੀਤਾ ਸੀ, 57 'ਚ ਹੀ ਕੰਪਲੀਟ ਕਰ ਲਈ ਗ੍ਰੈਜੂਏਸ਼ਨ, ਅਤੇ ਉਹਨਾਂ ਨੇ ਪੰਗਾ ਜਿਹਾ ਲਿਆ ਅਤੇ ਉਹਨਾਂ ਦੇ ਜਿਹੜਾ ਦੋ ਚਾਰ ਅਸੀਂ ਤਰਨ ਤਾਰਨੀ ਹੈ ਥੋੜ੍ਹੇ ਜਿਹੇ ਅਸੀਂ ਗਰਮ ਹੋ ਜਾਂਦੇ ਹਾਂ, ਅਤੇ ਉਹਦੇ ਦੋ ਚਾਰ ਘਸੁੰਨ ਮਾਰੇ, ਅਤੇ ਇੱਕ ਪ੍ਰੋਫੈਸਰ ਸੀਗੇ ਸਾਡੇ, ਉਹਨੇ ਮੈਨੂੰ ਦੇਖਿਆ, ਉਹ ਕਹਿੰਦਾ ਯਾਰ ਤੇਰਾ ਸਟਾਂਸ ਬਹੁਤ ਅੱਛਾ ਹੈ ਅਤੇ ਤੂੰ ਬੋਕਸਿੰਗ 'ਚ ਆ ਜਾ। ਉਹ ਮੈਂ ਹੈਗਾ ਬੋਕਸਿੰਗ 'ਚ ਰੋਜ਼ ਖਾਣੀ ਆ ਕੁੱਟ, ਜਦੋਂ ਉਦੋਂ ਤਾਂ ਗੱਲ ਹੀ ਉਹ ਮੈਂ ਮੇਰਾ ਦੇਸ਼ ਮੇਰਾ ਨਹੀਂ ਸੀ ਦੇਖੀ, ਹਾਂਜੀ ਮੇਰਾ ਧਰਮ ਨਹੀਂ ਸੀ ਦੇਖੀ, ਸੋ ਮੇਰੇ ਅੰਦਰ ਉਹ ਫਿਲਮ ਲਾਈਨ ਵਾਲਾ ਕੀੜਾ ਨਹੀਂ ਸੀ ਜਾਗਿਆ, ਨਹੀਂ ਸੀ ਜਾਗਿਆ ਹਜੇ, ਮੈਂ ਉਹਨਾਂ ਦੇ ਅੱਖੇ ਲੱਗ ਕੇ ਅਤੇ ਮੈਂ ਬੋਕਸਿੰਗ 'ਚ ਚਲਾ ਗਿਆ, ਅਤੇ ਸਭ ਤੋਂ ਪਹਿਲਾਂ ਆਪਣੇ ਕਾਲਜ ਰਿਪ੍ਰੈਜੈਂਟ ਕੀਤਾ ਗੁਰੂ ਨਾਨਕ ਯੂਨੀਵਰਸਿਟੀ ਤੱਕ, ਬਸ ਫਿਰ ਉਸ ਤੋਂ ਬਾਅਦ ਫਿਲਮ ਦਾ ਕੀੜਾ ਜਾਗ ਗਿਆ, ਫਿਰ ਡਰਨ ਲੱਗ ਲੈਣਾ ਪਿਆ ਕਿ ਥੋੜ੍ਹਾ ਜਿਹਾ ਫੇਸ ਬਚਾ ਲਓ, ਥੋੜ੍ਹਾ ਜਿਹਾ ਇਹ ਕਰ ਲਓ, ਬੋਕਸਿੰਗ ਤੋਂ ਇਲਾਵਾ ਫਿਰ ਮੈਂ, ਲੇਕਿਨ ਕਿਉਂਕਿ ਫਿੱਟ ਰਹਿਣ ਦੇ ਲਈ ਉਦੋਂ ਇਹ ਜਿਮ ਕਲਚਰ ਨਹੀਂ ਸੀ ਹੈਗਾ, ਜਗ੍ਹਾ ਜਗ੍ਹਾ 'ਤੇ ਜਿਮ ਖੁੱਲ੍ਹੇ ਆ ਸਾਰਾ ਕੁਝ, ਅਸੀਂ ਫਰੀ ਹੈਂਡ ਐਕਸਰਸਾਈਜ਼ ਕਰਨ ਵਾਲੇ ਲੋਕ ਸੀਗੇ, ਰਨਿੰਗ ਕਰਦੇ ਸੀ, ਸਾਈਕਲਿੰਗ ਕਰਦੇ ਸੀ, ਸੂਏ ਦੇ ਵਿੱਚ ਸਵਿਮਿੰਗ ਕਰਦੇ ਸੀ, ਔਰ ਮਾੜਾ ਮੋਟਾ ਵੇਟ ਰੱਖੇ ਹੁੰਦੇ ਸੀਗੇ, ਕਿਉਂਕਿ ਉਦੋਂ ਵੇਟ ਲਿਫਟਿੰਗ ਪਾਪੂਲਰ ਹੋ ਰਹੀ ਸੀਗੀ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ, ਉਹ ਇਸ ਕਰਕੇ ਸਾਰਾ ਕੁਝ ਫਰੀ ਹੈਂਡ ਕਰਦੇ ਸੀ, ਲੇਕਿਨ ਇੱਥੋਂ ਜਦੋਂ ਫਿਰ ਮੈਂ ਕਰਕੇ ਬੰਬੇ ਚਲਾ ਗਿਆ ਅਤੇ ਉੱਥੇ ਜਿਮ ਕਿਤੇ ਕਿਤੇ ਸੀ, ਸ਼ਹਿਰ ਭੀੜ ਵਾਲਾ ਸੀਗਾ ਅਤੇ ਪੈਸੇ ਬੜੇ ਲੱਗਦੇ ਸੀ, ਸਾਡੇ ਕੋਲ ਤਾਂ ਪੈਸੇ ਪੂਸੇ ਸੀਗੇ ਨਹੀਂ, ਅਤੇ ਮੈਨੂੰ ਉੱਥੇ ਇੱਕ ਅਖਾੜਾ ਮਿਲ ਗਿਆ, ਅਤੇ ਪਿੰਡਾਂ 'ਚ ਕੁਸ਼ਤੀ ਕਰਨੀ ਤਾਂ ਆਉਂਦੀ ਸੀ, ਅਤੇ ਮੈਂ ਉਸ ਅਖਾੜੇ ਦੇ ਵਿੱਚ ਕੁਸ਼ਤੀ ਮਤਲਬ ਕਿ ਡੰਡ ਬੈਠਕਾਂ ਮਾਰਨੀਆਂ ਸ਼ੁਰੂ ਕਰਤੀਆਂ, ਨਾਲ ਉਹਨਾਂ ਦੇ ਕੁਸ਼ਤੀ ਲੜਨੀ ਸ਼ੁਰੂ ਕਰਤੀ, ਅਤੇ ਮੈਂ ਥਾਣਾ ਡਿਸਟ੍ਰਿਕਟ ਤੱਕ ਕੁਸ਼ਤੀ ਵੀ ਲੜੀ। ਕੁਸ਼ਤੀ 'ਚ ਤਾਂ ਸਭ ਤੋਂ ਪਹਿਲਾਂ ਤੁਸੀਂ ਧੌਲ ਮਾਰਨੀ ਆ, ਤੁਸੀਂ ਉਦੋਂ ਗੁੱਟ ਫੜਨਾ ਆ, ਤੁਸੀਂ ਉਹਦਾ ਕਰਨਾ, ਅਤੇ ਯੂ ਨੀਡ ਵੈਰੀ ਸਟਰੋਂਗ ਹੈਂਡਸ, ਤੋ ਮੇਰੇ ਹੱਥ ਓਨੇ ਮਜ਼ਬੂਤ ਨਹੀਂ ਸੀਗੇ ਕੁਸ਼ਤੀ ਲਈ, ਇਸ ਕਰਕੇ ਮੈਂ ਕੁਸ਼ਤੀ ਨੂੰ ਜਿਹੜਾ ਪਰਸੂ ਹੀ ਨਹੀਂ ਕੀਤਾ, ਮੈਂ ਕਿਹਾ ਜਿੰਨੀ ਕੀਤੀ ਆ ਬੜੀ ਵਧੀਆ ਹੋ ਗਈ ਹੈ, ਅਤੇ ਫਿਰ ਮੈਂ ਰੈਫਰੀ ਦਾ ਕਰਨਾ ਸ਼ੁਰੂ ਕਰ ਦਿੱਤਾ ਆਪਣੀ ਟ੍ਰੇਨਿੰਗ ਪ੍ਰੋਫੈਸ਼ਨਲ ਰੈਫਰੀ ਦੀ, ਤੋ ਪ੍ਰੋਫੈਸ਼ਨਲ ਰੈਫਰੀ ਦਾ ਮੈਂ ਬੰਬੇ 'ਚ ਕੈਂਪ ਅਟੈਂਡ ਕੀਤੇ, ਜਿਹੜੇ ਫਿਰ ਦੁਬਈ ਜਾ ਕੇ ਮੈਂ ਇੱਕ ਮਹੀਨੇ ਦਾ ਕੈਂਪ ਅਟੈਂਡ ਕੀਤਾ, ਅਤੇ ਰੈਸਲਿੰਗ ਦਾ ਸਾਰੇ ਰੂਲਸ ਰੈਗੂਲੇਸ਼ਨ 'ਚ ਆਉਂਦੇ ਸੀ, ਫਿਰ ਉਹ ਪ੍ਰੋਫੈਸ਼ਨਲ ਰੈਸਲਿੰਗ ਵੱਲ ਚਲਾ ਗਿਆ। ਸਰ ਇੱਥੇ ਤੁਸੀਂ ਇੱਕ ਬੜੀ ਇੰਪੋਰਟੈਂਟ ਗੱਲ ਕੀਤੀ, ਉਹ ਹੈ ਜਿਮ ਕਲਚਰ ਬਾਰੇ, ਕਿ ਤੁਸੀਂ ਵੀ ਜਿਮ ਕਲਚਰ ਦੀ ਖੁੱਲ੍ਹੇ ਤੌਰ 'ਤੇ ਮੁਖਾਲਫਤ ਕਰਦੇ ਹੋ, ਇਸ ਦਾ ਕੀ ਕਾਰਨ ਹੈ? ਨਹੀਂ, ਮੈਂ ਜਿਮ ਕਲਚਰ ਦੀ ਮੁਖਾਲਫਤ ਨਹੀਂ ਕਰਦਾ। ਹਾਂਜੀ, ਤੰਦਰੁਸਤ ਹੋਣ ਦੇ ਲਈ ਅਗਰ ਤੁਸੀਂ ਜ਼ਰੂਰੀ ਥੋੜ੍ਹਾ ਕਿ ਹਰ ਬੰਦੇ ਨੇ ਪਲੇਅਰ ਬਣਨਾ, ਇੱਕ ਅੱਛੀ ਬੋਡੀ ਚਾਹੀਦੀ ਆ, ਇੱਕ ਸਭ ਕੁਛ ਚਾਹੀਦਾ, ਪਰ ਅੱਜ ਜਿਹੜਾ ਜਿਮ ਕਲਚਰ ਹੈ ਨਾ, ਇਹ ਇਹਨੂੰ ਕੰਪਨੀਜ਼ ਚਲਾ ਰਹੀਆਂ ਨੇ, ਔਰ ਜਿਹੜੀਆਂ ਵੱਡੀਆਂ ਕੰਪਨੀਜ਼ ਨੇ, ਸਾਨੂੰ ਲੱਗਦਾ ਕਿ ਨਾ ਸਾਨੂੰ ਬੜਾ ਖੂਬਸੂਰਤ ਜਿਮ ਦੇ ਦਿੱਤਾ, ਬਹੁਤ ਫੈਸਿਲਿਟੀਜ਼ ਦੇ ਦਿੱਤੀਆਂ, ਵੱਡੇ ਵੱਡੇ ਡੋਲਿਆਂ ਵਾਲੇ ਮੁੰਡੇ ਦੇ ਦਿੱਤੇ, ਅੱਜ ਮੈਂ 60 ਸਾਲ ਕ੍ਰੋਸ ਕਰ ਗਿਆ, ਮੈਂ ਅੱਜ ਵੀ ਉਹਨਾਂ ਮੁੰਡਿਆਂ ਨਾਲ ਜਦੋਂ ਮਰਜ਼ੀ ਜ਼ੋਰ ਕਰ ਸਕਦਾ। ਇਹਨਾਂ ਨੇ ਜਿਮ ਕਲਚਰ ਦੇ ਵਿੱਚ ਇੱਕ ਬੜਾ ਗੰਦਾ ਕਲਚਰ ਸ਼ੁਰੂ ਕੀਤਾ, ਜਿਹੜੇ ਤੁਹਾਨੂੰ ਆਰਟੀਫਿਸ਼ਲ ਫੂਡ ਦੇਣਾ ਸ਼ੁਰੂ ਕੀਤਾ, ਤੁਸੀਂ ਆਹ ਨਹੀਂ ਖਾਓ, ਤੁਸੀਂ ਆਹ ਨਹੀਂ ਖਾਓ, ਤੁਸੀਂ ਆਹ ਨਹੀਂ ਖਾਓ, ਤੁਸੀਂ ਆਹ 10,000 ਡੱਬੇ 10,000 ਰੁਪਈਏ ਦਾ ਪਾਊਡਰ ਦਾ ਇਹ ਖਾਓ, ਇਹਦੇ 'ਚ ਸਾਨੂੰ ਇਹ, ਅਤੇ ਅਸੀਂ ਸਾਨੂੰ ਦੁੱਧ ਦਹੀਂ ਫਰੂਟਸ ਤੋਂ ਦੂਰ ਲੈ ਕੇ ਗਏ। ਹਾਂਜੀ, ਔਰ ਸਾਨੂੰ ਇਹਨਾਂ ਚੰਗਾ ਕਿ ਇਹਨਾਂ ਡੱਬਿਆਂ 'ਚ ਬੜੀ ਤਾਕਤ ਆ, ਜੇ ਇਹਨਾਂ ਡੱਬਿਆਂ 'ਚ ਤਾਕਤ ਹੁੰਦੀ ਤਾਂ ਫਿਰ ਬਾਕੀ ਚੀਜ਼ਾਂ ਦੀ ਜ਼ਰੂਰਤ ਹੀ ਨਹੀਂ ਸੀ। ਮੈਂ ਉਸ ਫੂਡ ਕਲਚਰ ਦੇ ਬਹੁਤ ਅਗੇਂਸਟ ਹਾਂ।
ਜਿਹੜਾ ਜਿਮ ਨੇ ਲੋਕਾਂ ਨੂੰ ਦਿੱਤਾ, ਫੂਡ ਕਲਚਰ ਦੇ ਅਗੇਂਸਟ ਜਿਮ ਦਾ ਜਿਹੜਾ ਉਹ ਕਲਚਰ ਆ ਕਿ ਇਹਨਾਂ ਚੀਜ਼ਾਂ ਨੂੰ ਖਾਣ ਦੇ ਨਾਲ ਤੁਹਾਡਾ ਮਸਲ ਬਣਦਾ ਆ, ਤੁਹਾਡਾ ਇਹ ਬਣਦਾ ਆ, ਬੰਦੇ ਦੀ ਬੇਸਿਕਲੀ ਅਗਰ ਤੁਸੀਂ ਬਾਡੀ ਬਿਲਡਿੰਗ ਨਹੀਂ ਕਰਨੀ ਤੇ ਤੁਹਾਨੂੰ ਉਸ ਤਰ੍ਹਾਂ ਦੀ ਬਾਡੀ ਦੀ ਕੀ ਲੋੜ ਹੈ ਕਿ ਤੁਸੀਂ ਆਪਣੇ ਨਸਾਂ ਬਾਹਰ ਕੱਢ ਰਹੇ ਜੇ, ਉਸਨੂੰ ਸਾਰਾ ਕੁਛ ਕਰ ਰਹੇ ਜੇ? ਬਿਲਕੁਲ। ਅਗਰ ਅਸੀਂ ਫਿਲਮ ਲਾਈਨ 'ਚ ਹੀ ਚਲੇ ਜਾਈਏ ਅਸੀਂ, ਤੇ ਅਕਸ਼ੇ ਕੁਮਾਰ ਵੀ ਹੈਗਾ, ਹੀ ਡਸਨਟ ਈਟ ਐਨੀ ਪਾਊਡਰਸ ਐਂਡ ਆਲ ਦੈਟ। ਐਥਲੈਟਿਕ ਬਾਡੀ ਹੈ ਜਿਹੜੀ ਉਹ ਸਭ ਤੋਂ ਅੱਛੀ ਹੁੰਦੀ ਆ, ਤਾਕਤਵਰ ਹੁੰਦੀ ਆ, ਔਰ ਸਭ ਤੋਂ ਵੱਡੀ ਗੱਲ ਇਹ ਆ ਕਿ ਉਹ ਤੁਹਾਡੇ ਕਿਸੇ ਲੰਗਸ ਨੂੰ, ਤੁਹਾਡੇ ਕਿਸੇ ਚੀਜ਼ ਨੂੰ ਅਫੈਕਟ ਨਹੀਂ ਕਰਦੀ। ਤੁਸੀਂ ਸਿਕਸ ਪੈਕ ਲਿਆਉਣ ਦੇ ਲਈ ਇੰਨੇ ਵਾ ਬੇਵਕੂਫਾਂ ਨੂੰ ਲੱਗੇ ਰਹਿੰਦੇ ਜੇ, ਸਿਕਸ ਪੈਕ ਦੇ ਲਈ ਤੁਹਾਨੂੰ ਵਾਟਰ ਦੀ ਇਨਟੇਕ ਘੱਟ ਕਰਨੀ ਪੈਂਦੀ ਆ, ਵਾਟਰ ਦੀ ਅਨਟੇਕ ਘੱਟ ਕਰਦੇ ਹੋ ਜਦੋਂ ਤੁਸੀਂ, ਤੇ ਫਿਰ ਤੁਹਾਨੂੰ ਤੁਹਾਡੇ ਲੰਗਸ ਤੇ ਅਸਰ ਪੈਂਦਾ, ਤੁਹਾਡੇ ਲਿਵਰ ਤੇ ਅਸਰ ਪੈਂਦਾ। ਲੇਕਿਨ ਲੋਕਾਂ ਨੂੰ ਬਾਡੀ ਬਣਾਉਣ ਦੇ ਹਿਸਾਬ ਦੇ ਨਾਲ ਉਹਨਾਂ ਨੇ ਕਿਹਾ ਕਿ ਲੱਗੇ ਰਹੋ ਲੱਗੇ ਰਹੋ। ਇਸ ਚੀਜ਼ ਦੇ ਮੈਂ ਬਹੁਤ ਅਗੇਂਸਟ ਹਾਂ। ਅੱਜ ਤੱਕ ਮੇਰਾ ਬੇਟਾ 22 ਸਾਲ ਦਾ ਹੋ ਗਿਆ, 6'2" ਆ, ਮੈਂ 60 ਸਾਲ ਦਾ ਹੋ ਗਿਆ, ਅੱਜ ਤੱਕ ਕਦੀ ਵੀ ਲਾਈਫ ਦੇ ਵਿੱਚ ਇੱਕ ਵੀ ਡੱਬਾ ਨਹੀਂ ਖਰੀਦਿਆ, ਸਿਰਫ ਫਰੈਸ਼ ਫਰੂਟਸ, ਵੈਜੀਟੇਬਲਸ, ਚਿਕਨ, ਦੁੱਧ, ਦਹੀਂ, ਘਿਓ। ਜਦੋਂ ਅਸੀਂ ਕਹਿੰਦੇ ਸੀ ਕਿ ਘਿਓ ਖਾਓ, ਤਾਂ ਇੱਕ ਹੋਰ ਕਲਚਰ ਆਇਆ ਸੀ ਹਿੰਦੁਸਤਾਨ 'ਚ, ਸਾਰੀ ਦੁਨੀਆ 'ਚ ਆਇਆ ਸੀ ਕਿ ਤੁਸੀਂ ਰਿਫਾਇੰਡ ਖਾਓ, ਤੁਸੀਂ ਇਹਦੇ 'ਚ ਫੈਟ ਆ, ਘਿਓ ਨਹੀਂ ਖਾਓ, ਤੁਸੀਂ ਆਹ ਚੀਜ਼ਾਂ ਨਹੀਂ ਕਰੋ, ਆਹ ਨਹੀਂ ਕਰੋ। ਔਰ ਇਹਨਾਂ ਨੇ ਲੋਕਾਂ ਨੂੰ ਉਹ ਹਰ ਜਿਹੜੀਆਂ ਨਕਲੀ ਚੀਜ਼ਾਂ 'ਤੇ ਲਾ ਦਿੱਤਾ। ਅੱਜ WHO ਤੋਂ ਲੈ ਕੇ ਹਰ ਇੱਕ ਡਾਕਟਰ ਕਹਿੰਦਾ ਨਹੀਂ ਯਾਰ, ਦੇਸੀ ਘਿਓ ਖਾਣਾ ਚਾਹੀਦਾ। ਉਹ ਦੇਸੀ ਘਿਓ ਖਾਣਾ ਚਾਹੀਦੇ ਵਿੱਚ ਤੁਸੀਂ ਦੋ ਜਨਰੇਸ਼ਨਾਂ ਜਿਹੜੀਆਂ ਉਹਦਾ ਸਤਿਆਨਾਸ਼ ਕਰ ਦਿੱਤਾ ਕਿ ਇਹ ਨਹੀਂ ਖਾਣਾ ਚਾਹੀਦਾ। ਇਸ ਕਰਕੇ ਆ ਕਿ ਜੋ ਰੱਬ ਨੇ ਚੀਜ਼ਾਂ ਦਿੱਤੀਆਂ ਉਹ ਬਹੁਤ ਅੱਛੀਆਂ ਨੇ, ਉਹ 'ਤੇ ਹੀ ਖਾਓ। ਬਾਕੀ ਜਿਹੜਾ ਭੋਗ ਆ ਜਾਂ ਜਿਹੜੀ ਚੀਜ਼ ਜਾਨਵਰ ਲਈ ਬਣੀ ਉਹਨੂੰ ਜਾਨਵਰ ਨੂੰ ਖਾਣ ਦਿਓ, ਬੰਦੇ ਵਾਲੀ ਚੀਜ਼ ਬੰਦੇ ਖਾਓ। ਸਰ, ਤੁਸੀਂ ਰੈਸਲਿੰਗ ਲੈਜੈਂਡ ਜਨਾਬ ਦਾਰਾ ਸਿੰਘ ਜੀ ਦੇ ਕਾਫੀ ਕਰੀਬ ਰਹੇ, ਉਹਨਾਂ ਦੇ ਬਾਰੇ ਸਾਨੂੰ ਤੇ ਸਾਡੇ ਨਾਜ਼ਰੀ ਨੂੰ ਕੁਝ ਜ਼ਰੂਰ ਦੱਸੋ। ਸਾਰੀ ਦੁਨੀਆ ਜਾਣਦੀ ਆ ਉਹਨਾਂ ਦੇ ਬਾਰੇ 'ਚ, ਮੈਂ ਉਹਨਾਂ ਬਾਰੇ ਕੀ ਬੋਲਾਂਗਾ। ਮੈਂ ਆਪਣੀ ਜ਼ਿੰਦਗੀ ਦੇ ਵਿੱਚ ਇਹੋ ਜਿਹਾ ਇਨਸਾਨ ਨਹੀਂ ਦੇਖਿਆ, ਔਰ ਸ਼ਾਇਦ ਜਿਹੜੇ 10-20 ਸਾਲ ਰਹਿੰਦੇ ਆ ਉਹਦੇ ਵਿੱਚ ਮੈਂ ਕਦੀ ਦੇਖੂੰਗਾ ਵੀ ਕਿ ਨਹੀਂ। ਅਗਰ ਕੋਈ ਦੇਵਤਾ ਹੁੰਦਾ ਨਾ ਤਾਂ ਉਸ ਤਰ੍ਹਾਂ ਦਾ ਬੰਦਾ ਹੁੰਦਾ, ਇੰਨੀ ਤਾਕਤ ਤੋਂ ਬਾਅਦ ਇੰਨੀ ਹਲੀਮੀ, ਇੰਨੇ ਪੈਸੇ ਤੋਂ ਬਾਅਦ ਇੰਨੀ ਨਿਮਾਣਤਾ, ਔਰ ਦੁਨੀਆਂ ਦੀਆਂ ਇੰਨੇ ਝਮੇਲਿਆਂ ਤੋਂ ਬਾਅਦ ਹਰ ਬੰਦੇ ਨੂੰ ਇੰਨਾ ਪਿਆਰ ਕਰਨਾ। ਮੈਂ ਜੋ ਵੀ ਸਿੱਖਿਆ ਉਹਨਾਂ ਕੋਲੋਂ ਸਿੱਖਿਆ। ਮੈਂ ਇੰਨੀ ਗੱਲ ਕਹਿ ਸਕਦਾ ਕਿ ਮੈਂ ਬਿਲਕੁਲ ਪੱਕਾ ਮੂਡ ਮਜੈਲ ਜੱਟ ਸੀਗਾ ਜਿਹੜਾ ਛੋਟੀਆਂ ਛੋਟੀਆਂ ਗੱਲਾਂ 'ਤੇ ਲੜਨ ਲਈ ਤਿਆਰ ਰਹਿੰਦੇ ਆ। ਛੋਟੀਆਂ ਛੋਟੀਆਂ ਗੱਲਾਂ ਦੇ ਲਈ ਕਿਸੇ ਨੇ ਅੱਖ ਚੁੱਕ ਕੇ ਦੇਖ ਲਈ ਤਾਂ ਉਹਨੂੰ ਕਰਦੇ। ਮੈਂ ਜਦੋਂ ਉਹਨਾਂ ਨਾਲ ਰਹਿਣਾ ਸ਼ੁਰੂ ਕੀਤਾ, ਕਿਉਂਕਿ ਮੈਂ ਉਹਨਾਂ ਦੇ ਨਾਲ ਕਾਫੀ ਕੰਮ ਕੀਤਾ ਉਹਨਾਂ ਦੇ ਨਾਲ, ਹਾਲਾਂਕਿ ਮੈਂ ਉਹਨਾਂ ਦੀਆਂ ਫਿਲਮਾਂ ਨਹੀਂ ਸੀ ਕਰਦਾ, ਕਿਉਂਕਿ ਬੀਇੰਗ ਮਾਈ ਫੈਮਿਲੀ ਮੈਂਬਰ, ਮੇਰੇ ਬ੍ਰਦਰ ਇਨ ਲਾਅ ਨੇ, ਜੀਜਾ ਜੀ ਨੇ ਮੇਰੇ, ਤੇ ਮੈਂ ਉਹਨਾਂ ਦੇ ਸੈੱਟ 'ਤੇ ਨਹੀਂ ਸੀ ਜਾਂਦਾ ਹੁੰਦਾ ਕਿ ਲੋਕ ਇਹ ਨਾ ਕਹਿਣ ਕਿ ਇਹਨਾਂ ਨੇ ਸਿਫਾਰਿਸ਼ ਦੇ ਕੇ ਕੰਮ ਦਵਾਤਾ ਉਹਨਾਂ। ਸੋ ਇਸ ਕਰਕੇ ਉਹਨਾਂ ਮੇਰੇ ਹੁੰਦਿਆਂ ਉਹਨਾਂ ਨੇ 100 ਤੋਂ ਜ਼ਿਆਦੀਆਂ ਫਿਲਮਾਂ ਕੀਤੀਆਂ। ਮੈਂ ਉਹਨਾਂ ਦੇ ਨਾਲ ਸ਼ਾਇਦ 2 ਜਾਂ 3 ਫਿਲਮਾਂ ਕੀਤੀਆਂ, ਉਹ ਕੀਤੀਆਂ ਜਿਹੜੀਆਂ ਮੈਂ ਪਹਿਲਾਂ ਸਾਈਨ ਕੀਤੀਆਂ ਸੀ। ਮੈਂ ਪ੍ਰੋਡਿਊਸਰਸ ਨੂੰ ਭਾਅ ਜੀ ਨੂੰ ਕਿਹਾ ਕਿ ਨਹੀਂ, ਉਹ ਭਾਅ ਜੀ ਦੇ ਬਜਟ 'ਚ ਨਹੀਂ ਜਾਂਦੇ, ਤਾਂ ਰਿਕੁਐਸਟ ਕਰਕੇ ਥੋੜ੍ਹੇ ਪੈਸੇ ਕਢਵਾ ਕੇ ਮੈਂ ਸਾਈਨ ਕਰਵਾਇਆ, ਕਿਉਂਕਿ ਮੈਂ ਉਹਨਾਂ ਦੇ ਸੈੱਟ 'ਤੇ ਇਸ ਕਰਕੇ ਉਹ ਨਹੀਂ ਸੀ ਜਾਂਦਾ। ਪਰ ਮੈਂ ਇੱਕ ਗੱਲ ਜਾਣਦਾ ਕਿ ਉਹੋ ਜਿਹੇ ਬੰਦੇ ਕਦੀ ਕਦੀ ਹੁੰਦੇ ਆ। ਮੈਂ 7-8 ਸਾਲ ਦਾ ਸੀ ਜਦੋਂ ਸਿਸਟਰ ਦੀ ਮੈਰਿਜ ਹੋਈ ਆ। ਮੈਂ ਸਾਰੀ ਉਮਰ 'ਚ ਉਹਨਾਂ ਨੂੰ ਇੱਕ ਗਾਲ ਕੱਢਦਾ ਨਹੀਂ ਵੇਖਿਆ। ਮੈਂ ਕਦੀ ਕਿਸੇ ਬੱਚੇ ਤੋਂ ਲੈ ਕੇ ਕਿਸੇ ਦੂਜੇ ਬੰਦੇ ਨੂੰ ਉਹਨਾਂ ਨੂੰ ਗੁੱਸਾ ਕਰਦੇ ਜਾਂ ਚਪੇੜ ਮਾਰਦਾ ਨਹੀਂ ਸੁਣਿਆ। ਅਗਰ ਡਰਾਈਵਰ ਕਾਰ ਦਾ ਐਕਸੀਡੈਂਟ ਕਰਕੇ ਵੀ ਆ ਗਿਆ ਤਾਂ ਕਦੀ ਉਹਨੂੰ ਵੀ ਗੁੱਸਾ ਕਰਦੇ ਨਹੀਂ ਸੁਣਿਆ। ਮੈਨੂੰ ਇੰਨੀ ਯਾਦ ਆ ਕਿ ਇੱਕ ਵਾਰੀ ਮਰਸਡੀਜ਼ ਦਾ ਐਕਸੀਡੈਂਟ ਹੋ ਗਿਆ ਅਤੇ ਵਿੰਦੂ 15-16 ਸਾਲਾਂ ਦਾ ਸੀ। ਉਹ ਡਰਾਈਵਰ ਨੂੰ ਕਹਿੰਦਾ ਕਿਆ ਤੁਮ ਦੇਖਦੇ ਨਹੀਂ ਉਹ ਇਤਨੀ ਗਾੜੀ ਠੁੱਕ ਗਈ, ਅਤੇ ਉਹ ਭਾਅ ਜੀ ਕਹਿੰਦੇ ਕਿ ਦੇਖੋ ਅਸੀਂ ਪਿਛਲੀ ਸੀਟ 'ਤੇ ਸੁੱਤੇ ਹੁੰਦੇ ਹਾਂ, ਸ਼ੂਟਿੰਗ ਕਰਕੇ ਆਉਂਦੇ ਹਾਂ, ਇਹ ਬੰਦਾ ਹੀ ਸਾਨੂੰ ਲੈ ਕੇ ਜਾਂਦਾ ਅਤੇ ਇਹ ਬੰਦਾ ਹੀ ਲੈ ਕੇ ਆਉਂਦਾ। ਐਕਸੀਡੈਂਟ ਕਦੀ ਵੀ ਹੋ ਜਾਂਦਾ, ਇਹਦੀ ਗਲਤੀ ਕਰਕੇ ਨਹੀਂ ਜ਼ਰੂਰੀ ਐਕਸੀਡੈਂਟ ਹੁੰਦਾ। ਇਸ ਕਰਕੇ ਇਹਦੀ ਸੇਫਟੀ ਆ, ਇਹ ਤਾਂ ਸਾਡੀ ਸੇਫਟੀ ਆ, ਇਹਨੂੰ ਕਦੀ ਅੱਜ ਤੋਂ ਬਾਅਦ ਕਦੀ ਕੁਛ ਨਹੀਂ ਕਹਿਣਾ। ਔਰ ਉਹ ਗੱਲ ਆ, ਅੱਜ ਤੱਕ ਕਦੀ ਕਿਸੇ ਨੇ ਕਿਸੇ ਸਰਵੈਂਟ ਨੂੰ ਛੋਟੀ ਮੋਟੀਆਂ ਚੀਜ਼ਾਂ ਤੋਂ
ਆਹ ਚੀਜ਼ ਡਿੱਗ ਗਈ, ਆਹ ਟੁੱਟ ਗਈ, ਇਹ ਹੋ ਗਿਆ, ਉਹ ਹੋ ਗਿਆ, ਕਦੀ ਕਿਸੇ ਨੇ ਉਸ ਘਰ ਦੇ ਵਿੱਚ, ਪਰ ਉਹ ਸਾਰਾ ਬਿਹੇਵੀਅਰ ਜਿਹੜਾ ਜਿੰਨਾ ਕੁ ਵੀ ਆ ਉਹਦੇ 'ਚ ਦਾਰਾ ਭਾਜੀ ਦਾ ਸਭ ਤੋਂ ਵੱਡਾ ਹੱਥ ਹੈ। ਇੰਨਾ ਕੂਲ ਆਦਮੀ ਮੈਂ ਜ਼ਿੰਦਗੀ 'ਚ ਨਹੀਂ ਵੇਖਿਆ। ਮੈਂ ਉਹਨਾਂ ਨੂੰ ਕਦੀ ਪੂਜਾ ਪਾਠ ਕਰਦਿਆਂ ਨਹੀਂ ਵੇਖਿਆ, ਮੈਂ ਕਦੀ ਉਹਨਾਂ ਨੂੰ, ਲੇਕਿਨ ਮੈਂ ਕਦੀ ਉਹਨਾਂ ਨੂੰ ਕਿਸੇ ਧਰਮ ਦੇ ਬਾਰੇ ਮਾੜਾ ਬੋਲਦੇ ਨਹੀਂ ਸੁਣਿਆ, ਕਿਉਂਕਿ ਉਹ ਹਮੇਸ਼ਾ ਕਹਿੰਦੇ ਸੀਗੇ ਕਿ ਧਰਤੀ ਦੇ ਉੱਤੇ ਅਗਰ ਰੱਬ ਹੈ, ਅਗਰ ਉਹਨਾਂ ਦੇ ਲਫ਼ਜ਼ ਦੇ ਨਾਲ ਹਮੇਸ਼ਾ ਹੁੰਦਾ ਸੀਗਾ, ਕਹਿੰਦੇ ਕਿਉਂਕਿ ਜਿਹੜੀ ਚੀਜ਼ ਮੈਂ ਵੇਖੀ ਨਹੀਂ ਮੈਂ ਉਹਦਾ ਵਾਅਦਾ ਨਹੀਂ ਕਰ ਸਕਦਾ, ਅਗਰ ਰੱਬ ਹੈ ਔਰ ਉਹਨੇ ਸਾਨੂੰ ਇਸ ਧਰਤੀ 'ਤੇ ਭੇਜਿਆ ਤਾਂ ਸਾਡਾ ਕੰਮ ਆ ਅੱਗੇ ਧਰਤੀ ਦੇ ਉੱਤੇ ਕਰਮ ਕਰਨਾ, ਸਾਡੇ ਕਰਮਾਂ 'ਚ ਰੱਬ ਇੰਟਰਫੇਅਰ ਨਹੀਂ ਕਰਦਾ, ਉਹਨੇ ਸਾਨੂੰ ਭੇਜਿਆ। ਔਰ ਰੱਬ ਨੇ ਕੋਈ ਧਰਮ ਨਹੀਂ ਬਣਾਇਆ, ਧਰਮ ਤਾਂ ਕਿਸੇ ਨਾ ਕਿਸੇ ਵੇਲੇ ਕਿਸੇ ਮਨੁੱਖ ਨੇ ਬਣਾਇਆ, ਜਿਹਨੂੰ ਤੁਸੀਂ ਗੁਰੂ ਕਹਿਤਾ, ਦੇਵਤਾ ਕਹਿਤਾ, ਪੈਗੰਬਰ ਕਹਿਤਾ ਜਾਂ ਜੋ ਮਰਜ਼ੀ ਕਹਿ ਦਿਓ, ਲੇਕਿਨ ਧਰਮ ਉਸ ਬੰਦੇ ਨੇ ਬਣਾਇਆ ਜਿਹੜਾ ਧਰਤੀ 'ਤੇ ਸੀ। ਸਰ ਇੱਕ ਟਾਈਮ ਸੀ ਜਦੋਂ ਦਾਰਾ ਸਰ ਨੇ ਕਾਫੀ ਫਿਲਮਸ ਵੀ ਕੀਤੀਆਂ ਅਤੇ ਇੱਕ ਹੁਣ ਦਾ ਟਾਈਮ ਹੈ ਜਦੋਂ ਪੰਜਾਬੀ ਫਿਲਮਸ ਆ ਰਹੀਆਂ, ਕਿ ਜਿਹੜੀਆਂ ਅੱਜ ਦੀਆਂ ਪੰਜਾਬੀ ਫਿਲਮਾਂ ਉਹਨਾਂ 'ਚ ਉਹੀ ਪ੍ਰੋਫੈਸ਼ਨਲਿਜ਼ਮ ਜਾਂ ਉਹੀ ਸਿੰਸੈਰਿਟੀ ਹੈ? ਜਦੋਂ ਦਾਰਾ ਭਾਜੀ ਵਾਲਾ ਪੀਰੀਅਡ ਸੀਗਾ ਪੰਜਾਬੀ ਫਿਲਮਾਂ ਦਾ, ਉਹ ਬਹੁਤ ਖੂਬਸੂਰਤ ਪੀਰੀਅਡ ਸੀਗਾ, ਬਹੁਤ ਥੋੜ੍ਹੀਆਂ ਫਿਲਮਾਂ ਬਣਦੀਆਂ ਸੀਗੀਆਂ ਲੇਕਿਨ ਅੱਛੀਆਂ ਬਣਦੀਆਂ ਸੀਗੀਆਂ ਔਰ ਲੋਕ ਬਹੁਤ ਪਿਆਰ ਕਰਦੇ ਸੀਗੇ ਔਰ ਫੈਮਿਲੀ ਡਰਾਮਾ 'ਚ ਬਣਦੇ ਸੀਗੇ। ਔਰ ਜਿਹੜੇ ਪੰਜਾਬੀ ਫਿਲਮਾਂ 'ਚ ਐਕਟਰ ਕੰਮ ਕਰਦੇ ਸੀਗੇ ਉਹ ਛੋਟੇ ਐਕਟਰ ਸੀ, ਜਿਨ੍ਹਾਂ ਨੂੰ ਹਿੰਦੀ ਫਿਲਮਾਂ 'ਚ ਕੁਝ ਕੰਮ ਨਹੀਂ ਸੀ ਮਿਲਦਾ, ਉਹ ਪੰਜਾਬੀ ਫਿਲਮਾਂ 'ਚ ਕੰਮ ਕਰਦੇ ਸੀ ਜਾਂ ਹਿੰਦੀ ਫਿਲਮਾਂ ਦੇ ਵਿੱਚ ਛੋਟੇ ਛੋਟੇ ਰੋਲ ਕਰਦੇ ਸੀ। ਸੋ ਜਦੋਂ ਦਾਰਾ ਭਾਜੀ ਨੇ ਪਹਿਲੀ ਪੰਜਾਬੀ ਫਿਲਮ ਕੀਤੀ ਤਾਂ ਸਾਰੀ ਬੰਬੇ ਦੀ ਇੰਡਸਟਰੀ ਕਹਿੰਦੀ ਸੀ ਕੀ ਕਰ ਰਹੇ ਹੋ ਤੁਸੀਂ, ਪੰਜਾਬੀ ਫਿਲਮ ਕਰਨ ਜਾ ਰਹੇ ਹੋ, ਐਡੀਆਂ ਵੱਡੀ ਸਾਰੇ ਹਿੰਦੁਸਤਾਨ ਦੀ ਫਿਲਮ ਕਰਦੇ ਹੋ ਤੁਸੀਂ, 6 ਫਿਲਮਾਂ ਬਣਦੀਆਂ ਸਾਲ 'ਚ, ਪੰਜਾਬੀ ਫਿਲਮ ਕਿਉਂ ਕਰ ਰਹੇ? ਕਹਿੰਦੇ ਯਾਰ ਮੇਰੀ ਜ਼ਮੀਨ ਆ, ਮੇਰੀ ਰੂਹ ਉੱਥੇ ਆ, ਮੈਂ ਸੋਚਦਾ ਪੰਜਾਬੀ 'ਚ ਆ, ਜੇ ਮੈਂ ਪੰਜਾਬੀ ਫਿਲਮ ਨਹੀਂ ਕਰੂੰਗਾ ਤਾਂ ਕੌਣ ਕਰੂਗਾ? ਬਿਲਕੁਲ। ਸੋ ਇਸ ਕਰਕੇ ਉਹਨਾਂ ਕੋਲ ਇੱਕ ਬਣੀ ਬਣਾਈ ਆਡੀਅੰਸ ਬਹੁਤ, ਐਜ਼ ਏ ਰੈਸਲਰ ਉਹਨਾਂ ਕੋਲ ਆਲ ਓਵਰ ਇੰਡੀਆ ਦੀ ਆਡੀਅੰਸ ਸੀ, ਔਰ ਐਜ਼ ਏ ਪੰਜਾਬੀ ਪੰਜਾਬੀਆਂ ਨੇ ਬਹੁਤ ਪਿਆਰ ਦਿੱਤਾ ਕਿ ਹਿੰਦੀ 'ਚ ਇੰਨਾ ਕਾਮਯਾਬ ਹੋਣ ਦੇ ਬਾਅਦ ਬੰਦਾ ਪੰਜਾਬੀ ਫਿਲਮ ਕਰਦਾ। ਔਰ ਉਹਨਾਂ ਨੇ ਕਦੀ ਪੰਜਾਬੀ ਫਿਲਮ ਨੂੰ ਨਾਂਹ ਨਹੀਂ ਕੀਤੀ, ਪ੍ਰੋਡਿਊਸਰ ਨੇ ਕਦੀ ਘੱਟ ਪੈਸੇ ਦੇ ਦਿੱਤੇ, ਕਦੀ ਜ਼ਿਆਦਾ ਦੇ ਦਿੱਤੇ, ਉਹਨਾਂ ਨੂੰ ਅੱਛੀ ਲੱਗ ਜਾਂਦੀ ਸੀ ਕਹਾਣੀ ਤੋਂ ਪੰਜਾਬੀ ਫਿਲਮ ਕਰਦੇ ਸੀ, ਅਤੇ ਉਦੋਂ ਬਹੁਤ ਅੱਛੀਆਂ ਪੰਜਾਬੀ ਫਿਲਮਾਂ ਬਣੀਆਂ। ਔਰ ਦਾਰਾ ਭਾਜੀ ਦੀਆਂ ਫਿਲਮਾਂ ਦੀ ਸਕਸੈਸ ਦੇਖ ਕੇ ਮਹੇਸ਼ਵਰੀ ਨੇ ਸੋਚਿਆ ਸੀ ਕਿ ਮੈਂ ਇੱਕ ਪੰਜਾਬੀ ਫਿਲਮ ਬਣਾਵਾਂ, ਅਤੇ ਉਹਨੇ ਬਣਾਈ ਸੀ ਨਾਨਕ ਨਾਮ ਜਹਾਜ਼। ਨਾਨਕ ਨਾਮ ਜਹਾਜ਼ ਜਹਾਜ਼ ਹੈ। ਉਦੋਂ ਆਲਰੇਡੀ ਭਾਜੀ ਨਾਨਕ ਦੁਖੀਆ ਸਭ ਸੰਸਾਰ ਪਲਾਨ ਕਰ ਰਹੇ ਸੀਗੇ, ਲੇਕਿਨ ਉਹ ਬਹੁਤ ਬਿਜ਼ੀ ਸੀਗੇ ਹਿੰਦੀ ਫਿਲਮਾਂ 'ਚ, ਅਤੇ ਟਾਈਮ ਸੀਗਾ, ਅਤੇ ਉਹਦੇ ਇਨ ਬਿਟਵੀਨ ਉਹ ਆ ਗਏ ਨਾਨਕ ਨਾਮ ਜਹਾਜ਼। ਪਰ ਉਹ ਇਸੇ ਕਰਕੇ ਹੀ ਬਿਜ਼ਨਸ ਨੂੰ ਦੇਖ ਕੇ ਆਏ ਸੀ ਕਿ ਦਾਰਾ ਭਾਜੀ ਦੀਆਂ ਫਿਲਮਾਂ ਬਹੁਤ ਬਿਜ਼ਨਸ ਕਰਦੀਆਂ। ਪਰ ਫਿਰ ਉਸ ਤੋਂ ਬਾਅਦ ਪੰਜਾਬ ਦੇ ਵਿੱਚ ਹਾਲਾਤ ਖਰਾਬ ਹੋਏ, ਪੰਜਾਬੀ ਫਿਲਮਾਂ ਬਣਨੀਆਂ ਬੰਦ ਹੋ ਗਈਆਂ, ਵਰਿੰਦਰ ਦੇ ਮਰਡਰ ਤੋਂ ਬਾਅਦ ਤਾਂ ਬਿਲਕੁਲ ਹੀ ਬੰਦ ਹੋ ਗਈਆਂ, ਅਤੇ ਐਕਟਰ ਨਹੀਂ ਸੀਗਾ ਕੋਈ ਵੀ ਅੱਛਾ। ਫਿਰ ਯੋਗਰਾਜ ਦਾ ਕਾਫੀ ਨਾਮ ਸੀਗਾ, ਯੋਗਰਾਜ ਗੁੱਗੂ ਕੇ ਲਾਏ, ਹਾਂਜੀ, ਅਤੇ ਉਹ ਦੋ ਪਰਸਨੈਲਿਟੀਜ਼ ਬਹੁਤ ਅੱਛੀਆਂ ਸੀਗੀਆਂ। ਮੇਰੇ ਦੋਸਤ ਨੇ, ਮੈਂ ਅੱਜ ਜਿਹੜੇ ਉਹਨਾਂ ਦਾ ਮੁਕਾਮ ਆ ਅਲੱਗ ਆ, ਪਰ ਉਦੋਂ ਜਦੋਂ ਉਹਨਾਂ ਨੂੰ ਲੈ ਕੇ ਆਏ ਸੀਗੇ ਅਤੇ ਉਹ ਐਕਟਿੰਗ 'ਤੇ ਲਈ ਨਹੀਂ ਸੀ ਲੈ ਕੇ ਆਏ, ਉਹ ਇੰਨੇ ਸੀ ਕਿ ਉਹ ਸਕਰੀਨ 'ਤੇ ਖੜੇ ਖੂਬਸੂਰਤ ਲੱਗਦੇ ਸੀ, ਪਰ ਉਹਨਾਂ ਨੂੰ ਕਿਸੇ ਨੇ ਸਬਜੈਕਟ ਨਹੀਂ ਦਿੱਤਾ। ਉਹਨਾਂ ਨੂੰ ਮਿਲਦੇ ਰਹੇ ਪਾਕਿਸਤਾਨ ਟਾਈਪ ਦੇ, ਉਸੇ ਤਰ੍ਹਾਂ ਬੋਲਣਾ, ਉਸੇ ਤਰ੍ਹਾਂ ਸਾਰਾ, ਔਰ ਹਾਲਾਤ ਖਰਾਬ ਸੀਗੇ। ਉਹ ਫਿਲਮਾਂ ਚੱਲੀਆਂ ਵੀ, ਲੇਕਿਨ ਉਹ ਇੱਕ ਪਰਟੀਕੁਲਰ ਤਬਕੇ ਤੱਕ ਰਹਿ ਗਿਆ, ਫੈਮਿਲੀ 'ਚ ਨਹੀਂ ਆ ਸਕਿਆ, ਔਰ ਉਹਨਾਂ ਨਾਲ ਕਿਸੇ ਨੇ ਫੈਮਿਲੀ ਡਰਾਮਾ ਬਣਾਇਆ ਹੀ ਨਹੀਂ, ਔਰ ਉਸ ਤੋਂ ਬਾਅਦ ਫਿਰ ਪੰਜਾਬੀ ਫਿਲਮਾਂ ਦਾ ਪਤਨ ਹੋ ਗਿਆ। ਸਰ ਅੱਜ ਦੇ ਹਾਲਾਤ 'ਤੇ ਤੁਸੀਂ ਕੀ ਕਹਿਣਾ ਚਾਹੋਗੇ? ਮਨਮੋਹਨ ਸਿੰਘ ਦੇ ਵੇਲੇ ਤੋਂ ਪੰਜਾਬੀ ਫਿਲਮਾਂ ਕਮਰਸ਼ੀਅਲੀ ਆਈਆਂ। ਸੋ ਮੈਂ ਇੱਕ ਗੱਲ ਜ਼ਰੂਰ ਕਹਿਣਾ ਕਿ ਅੱਜ ਦੀਆਂ ਜਿਹੜੀਆਂ ਫਿਲਮਾਂ ਨੇ, ਮੈਂ ਇਹ ਨਹੀਂ ਕਹਿੰਦਾ ਕਿ ਉਹ ਜਿਹੜੀ ਡੈਡੀਕੇਸ਼ਨ ਔਰ ਜਿਹੜਾ ਸਮਾਜ ਪ੍ਰਤੀ ਆ ਉਹ ਥੋੜ੍ਹਾ ਜਿਹਾ ਘੱਟ ਆ, ਲੇਕਿਨ ਪ੍ਰੋਫੈਸ਼ਨਲਿਜ਼ਮ ਬਹੁਤ ਆ। ਪਹਿਲਾਂ ਨਾਲੋਂ ਜ਼ਿਆਦਾ ਲੋਕ ਪ੍ਰੋਫੈਸ਼ਨਲ ਨੇ, ਪਹਿਲਾਂ ਨਾਲੋਂ ਜ਼ਿਆਦਾ ਮਿਹਨਤ ਨਾਲ ਕੰਮ ਕਰਦੇ ਨੇ, ਔਰ ਲੇਕਿਨ ਇਸ ਵੇਲੇ ਜਿਹੜੀ ਪੰਜਾਬੀ ਫਿਲਮ ਦੀ ਸਭ ਤੋਂ ਵੱਡੀ ਪ੍ਰੋਬਲਮ ਆ, ਜਿਹੜਾ ਅਗਰ ਤੁਹਾਡੇ ਚੈਨਲ 'ਚੋਂ ਦੇਖ ਰਹੇ ਹੋਣ ਲੋਕ, ਤਾਂ ਉਹਨਾਂ ਨੂੰ ਮੈਂ ਜ਼ਰੂਰ ਰਿਕੁਐਸਟ ਕਰਨਾ ਚਾਹੂੰਗਾ ਕਿ ਜਿਹੜੀ ਚੀਜ਼ ਦੀ ਬਹੁਤਾਤ ਹੁੰਦੀ ਹੈ ਨਾ, ਉਹ ਵੀ ਖਰਾਬ ਹੁੰਦੀ ਹੈ। ਹਾਂਜੀ, 52 ਹੀ ਹਫ਼ਤੇ ਹੁੰਦੇ ਆ ਸਾਲ ਦੇ ਵਿੱਚ, ਅਤੇ 52 ਹਫ਼ਤਿਆਂ ਦੇ ਹਿਸਾਬ ਦੇ ਨਾਲ ਅਗਰ ਤੁਸੀਂ ਪੰਜਾਬੀ ਫਿਲਮ ਨੂੰ ਸਾਹ ਲੈਣ ਦਾ ਮੌਕਾ ਦੇਣਾ ਚਾਹੁੰਦੇ ਹੋ
ਤੇ 26-27 ਮੈਕਸੀਮਮ 30-35 ਤੋਂ ਜ਼ਿਆਦਾ ਫਿਲਮਾਂ ਨਹੀਂ ਬਣਨੀਆਂ ਚਾਹੀਦੀਆਂ। ਕੋਈ ਫਿਲਮ ਨਹੀਂ ਚੱਲਦੀ ਇੱਕ ਹਫ਼ਤੇ ਬਾਅਦ, ਨਹੀਂ ਤਾਂ ਅਗਰ ਕੋਈ ਫਿਲਮ ਚੱਲਦੀ ਹੈ ਤੁਹਾਨੂੰ ਹਫ਼ਤਾ ਦੋ ਹਫ਼ਤੇ ਤਾਂ ਮਿਲਣੇ ਚਾਹੀਦੇ ਨਾ, ਉਹ ਮਿਲਦੇ ਨਹੀਂ। ਫਿਲਮਾਂ ਜ਼ਿਆਦਾ ਬਣ ਰਹੀਆਂ ਨੇ ਔਰ ਉਹਦੇ ਕਰਕੇ ਕੁਛ ਸਾਡੇ NRI ਵੀਰਸ ਜਾਂ ਦੂਜੇ ਆਉਂਦੇ ਨੇ, ਪੈਸੇ ਲਾ ਦਿੰਦੇ ਆ ਜਿਨ੍ਹਾਂ ਨੂੰ ਫਿਲਮ ਬਾਰੇ ਨਹੀਂ ਪਤਾ, ਗਲੈਮਰ ਨੂੰ ਦੇਖ ਕੇ ਪੈਸੇ ਲਗਾ ਦਿੰਦੇ ਆ, ਅਤੇ ਉਹਦੇ ਕਰਕੇ ਉਹ ਫਿਲਮਾਂ ਦਾ ਅੱਛਾ ਨਹੀਂ ਉਨਾ ਬਣਦਾ ਕੰਮ। ਲੇਕਿਨ ਜਿਹੜੇ ਰੈਗੂਲਰ ਮੇਕਰਸ ਨੇ ਕੁਛ ਇੱਥੇ ਇਸ ਵੇਲੇ ਜਿੱਦਾਂ ਵਾਈਟ ਹਿੱਲ ਵਾਲੇ ਆ ਗਏ, ਸਪੀਡ ਰਿਕਾਰਡਸ ਵਾਲੇ ਹੋ ਗਏ, ਇਹ ਅਸਟੈਬਲਿਸ਼ ਬੈਨਰਸ ਹੋ ਗਏ ਨੇ, ਦੇ ਮੇਕ ਗੁੱਡ ਫਿਲਮਸ। ਅੱਜ ਫਿਲਮ 'ਚ ਪੈਸੇ ਲੱਗਦੇ ਆ, ਬਜਟ ਲੱਗਦਾ, ਔਰ ਅੱਜ ਸਾਡੇ ਕੋਲ ਚਾਹੇ ਇਹ ਜ਼ਰੂਰੀ ਹੈ ਕਿ ਕਈਆਂ ਨੂੰ ਬੁਰਾ ਵੀ ਲੱਗਦਾ ਕਿਉਂਕਿ ਸਾਰੇ ਹੀਰੋ ਜਿਹੜੇ ਆ ਉਹ ਸਿੰਗਰਸ ਨੇ ਅਤੇ ਦੂਜੇ ਐਕਟਰਾਂ ਨੂੰ ਕੰਮ ਘੱਟ ਮਿਲਦਾ, ਇਸ ਕਰਕੇ ਉਹਨਾਂ ਨੂੰ ਬੁਰਾ ਵੀ ਲੱਗਦਾ। ਲੇਕਿਨ ਇਸ ਵੇਲੇ ਸਾਡੇ ਕੋਲ ਸਟਾਰ ਹੈਗੇ ਨੇ, ਇਹ 'ਚੋਂ ਅਸੀਂ ਨਾ ਨਹੀਂ ਕਰ ਸਕਦੇ, ਕਿਉਂਕਿ ਇਹ ਸਾਡੇ ਕੋਲ ਉਹ ਬੰਦੇ ਨੇ ਜਿਹੜੇ ਆਲਰੇਡੀ ਸਟਾਰ ਸੀਗੇ ਸਿੰਗਿੰਗ ਦੇ ਫੀਲਡ 'ਚ, ਔਰ ਉਹਨਾਂ ਨੇ ਇੱਥੇ ਆ ਕੇ ਇੱਕਦਮ ਮਤਲਬ ਕਿ ਉਹ ਆਪਣੀ ਸਟਾਰਡਮ ਨੂੰ ਫਿਲਮ 'ਚ ਲੈ ਕੇ ਆਏ ਔਰ ਅੱਛੀਆਂ ਫਿਲਮਾਂ ਦਿੱਤੀਆਂ, ਔਰ ਅੱਛੀਆਂ ਫਿਲਮਾਂ ਦੇਣ ਕਰਕੇ ਇਹ ਹੋ ਗਿਆ ਕਿ ਉਹ ਉਹਨਾਂ ਨੂੰ ਜਿਹੜਾ ਫੀਲਡ ਸੀਗਾ ਹੋਰ ਵੱਡਾ ਹੋ ਗਿਆ, ਬੂਸਟ ਮਿਲਿਆ, ਬੂਸਟ ਮਿਲਿਆ ਔਰ ਅੱਛੀਆਂ ਫਿਲਮਾਂ ਬਣੀਆਂ, ਇਸ ਕਰਕੇ ਫੈਮਿਲੀ ਆਡੀਅੰਸ ਵਾਪਸ ਆਈ। ਸੋ ਇਸ ਵੇਲੇ ਪੰਜਾਬੀ ਫਿਲਮ ਦਾ ਜਿਹੜਾ ਆ ਇਹ ਗੋਲਡਨ ਪੀਰੀਅਡ ਆ, ਲੇਕਿਨ ਬਹੁਤਾਤ ਜ਼ਿਆਦਾ, ਉਹ ਬਹੁਤਾਤ ਹੈ ਜਿਹੜੀ ਉਹ ਗੋਲਡਨ ਪੀਰੀਅਡ ਨੂੰ ਕਿਸੇ ਨਾ ਕਿਸੇ ਦਿਨ ਮਾਰ ਸਕਦੀ ਹੈ, ਬਹੁਤਾਤ ਹਮੇਸ਼ਾ ਹੀ ਮਾਰਦੀ। ਬਹੁਤਾਤ ਭੀੜ ਦੇ ਵਿੱਚ ਲੀਡਰ ਬਹੁਤ ਥੋੜ੍ਹੇ ਹੁੰਦੇ ਆ, ਨਾਰਾ ਲਾਉਣ ਵਾਲੇ ਔਰ ਰੌਲਾ ਪਾਉਣ ਵਾਲੇ ਜ਼ਿਆਦਾ ਹੁੰਦੇ ਆ, ਉਹ ਫਿਲਮਾਂ ਦਾ ਰੌਲਾ ਪਾਉਣ ਵਾਲੇ ਜਿਹੜੇ ਆ ਉਹ ਮਾੜੀਆਂ ਫਿਲਮਾਂ ਬਣਾਉਂਦੇ ਨੇ, ਉਹ ਕਿਸੇ ਵੇਲੇ ਜਦੋਂ ਫੈਮਿਲੀ ਜਾਂਦੀ ਆ ਉਹਨਾਂ ਨੂੰ ਜਦੋਂ ਉਹੋ ਜਿਹੀਆਂ ਫਿਲਮਾਂ ਦੇਖਦੇ ਆ ਉਹ ਫਿਰ ਬੱਚਿਆਂ ਦੇ ਨਾਲ ਜਾਣਾ ਬੰਦ ਹੋ ਜਾਂਦਾ। ਅਗਰ ਤੁਸੀਂ ਇੱਕ ਫੈਮਿਲੀ ਡਰਾਮਾ ਬਣਾਉਂਦੇ ਜੇ ਤਾਂ ਤੁਹਾਨੂੰ ਇੱਕ ਘਰ 'ਚੋਂ 4 ਦੀ ਆਡੀਅੰਸ ਮਿਲਦੀ ਹੈ ਐਵਰੇਜ। ਜਦੋਂ ਤੁਸੀਂ ਇੱਕ ਜਿੰਨੀ ਮਰਜ਼ੀ ਵਧੀਆ ਐਂਟਰਟੇਨਿੰਗ ਫਿਲਮ ਬਣਾ ਲਓ, ਅਗਰ ਉਹਦੇ 'ਚ ਪੂਰ ਡਾਇਲੋਗ ਨੇ ਸਾਰੇ ਕੁਛ ਹੈ ਤਾਂ ਤੁਹਾਨੂੰ ਘਰ 'ਚੋਂ ਇੱਕ ਮੁੰਡਾ ਮਿਲਣਾ। ਸੋ ਪਹਿਲਾਂ ਹੀ ਤੁਸੀਂ 25% ਆਡੀਅੰਸ ਕਰ ਦਿੱਤੀ ਤਾਂ ਤੁਹਾਨੂੰ ਕੌਣ ਸਹਿਣਾ ਕਹੂਗਾ।